Thank you.
ਹੇ ਰਾਮ ਸਸ ਹੇ ਕਰੁਣਾ ਨਿਧ।
ਸੁਣ
Bye-bye.
ਕੱਢਿਆ ਲੁੱਟ ਜਹਾਂ ਲੁਕਾਈ ਕੱਢਿਆ Bye.
ਬੰਦੋਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕ ਓਂਕਾਰਾ ਸਤਿਗੁਰੂ ਤੇਹੇ ਪ੍ਰਸਾਦ ਸਚ ਹੋ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਟੁੱਟੇ ਜੋਧਾ ਜਾਮ ਦੁਆ, ਸ੍ਰੀ ਅਰਜਨ ਟਿਕ ਆਏ, ਕਰ ਬੰਦਨ ਬੈਠੇ ਤਬੈ, ਬੂਝੇ ਸਹਿਜ ਸੁਭਾਏ, ਟੁੱਟੇ ਜੋਧਾ ਜਾਮ ਦੁਆ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਗਰੀਬ ਨਿਵਾਜ ਸਤਿਗੁਰੂ ਜਗਤ ਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ, ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਅਟਲ ਸਾਹਿਬ ਬਟਾਲਾ ਵਿਖੇ, ਜਿਵੇਂ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਮੇਲਾ ਸੁਣ ਸਿਵਰਾਤ ਦਾ, ਬਾਬਾ ਅਟਲ ਬਟਾਲੇ ਆਈ, ਜਿਸ ਸਥਾਨ 'ਤੇ ਧੰਨ ਸਤਿਗੁਰੂ ਜੀ ਨੇ ਸ਼ਿਵਰਾਤਰੀ ਦੇ ਮੇਲੇ ਉੱਤੇ ਆ ਕੇ ਸਿੱਧਾਂ ਦੇ ਮਨ ਦਾ ਮਾਣ ਨਿਵਿਰਤ ਕੀਤਾ ਔਰ ਲੋਕਾਈ ਨੂੰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਉਪਦੇਸ਼ਾਂ ਦੀ ਬਖਸ਼ਿਸ਼ ਕਰਕੇ ਇਸ ਸਮੁੱਚੀ ਲੋਕਾਈ ਨੂੰ ਹਜ਼ੂਰ ਨੇ ਤਾਰਨਾ ਕੀਤਾ। ਐਸਾ ਇਹ ਪਰਮ ਪਵਿੱਤਰ ਇਤਿਹਾਸਕ ਸਥਾਨ ਹੈ ਔਰ ਇਸ ਪਾਵਨ ਇਤਿਹਾਸਕ ਸਥਾਨ 'ਤੇ ਹਰ ਸਾਲ ਦੀ ਤਰ੍ਹਾਂ 6 ਜੂਨ 1984 ਦਾ ਉਹ ਘੱਲੂਘਾਰਾ, ਜਦੋਂ ਉਸ ਸਮੇਂ ਦੀ ਜ਼ਾਲਮ ਅਤੇ ਨਿਰਦਈ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਧਾਮਾਂ ਗੁਰੂ ਘਰਾਂ ਉੱਤੇ ਭਿਆਨਕ ਹਮਲੇ ਕੀਤੇ। ਉਸ ਹਮਲੇ ਦੌਰਾਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਪਟੰਗੀਆਂ ਬਜ਼ੁਰਗਾਂ ਮਾਤਾਵਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਦਮਦਮੇ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਆਪਣੀ ਪਵਿੱਤਰ ਸ਼ਹਾਦਤ ਦਿੱਤੀ ਹੈ। ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਸ਼ਹੀਦੀ ਦੀਵਾਨਾਂ ਦੀ ਲੜੀ ਚੱਲ ਰਹੀ ਹੈ। ਆਪ ਜੀ ਨੇ ਜਥੇ ਦੇ ਭਟੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ।
ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਦੋ ਗੁਰਸਿੱਖ ਆਏ ਹਨ, ਜਿਨ੍ਹਾਂ ਦਾ ਨਾਮ ਜੋਧਾ ਅਤੇ ਜਾਮੂ ਧੁੱਟੇ ਕਰਕੇ ਗਿਆਨ ਰਤਨਾਵਲੀ ਵਿੱਚ ਵੀ ਆਇਆ ਹੈ, ਔਰ ਟੂੜਾਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਵੀ ਇੱਥੇ ਉਹਨਾਂ ਦਾ ਗੁਰ ਇਤਿਹਾਸ ਵਿੱਚ ਜ਼ਿਕਰ ਕੀਤਾ ਹੈ। ਆਓ ਐਸਾ ਬਹੁਤ ਹੀ ਪਵਿੱਤਰ ਅੰਮ੍ਰਿਤ ਰੂਪ ਇਤਿਹਾਸ ਸਤਿਗੁਰਾਂ ਦਾ ਆ ਰਿਹਾ ਹੈ, ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਟੁੱਟੇ ਜੋਧਾ ਜਾਮ ਦਵੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਭਾਈ ਜੋਧਾ ਅਤੇ ਜਾਮੂ ਟੁੱਟੇ ਇਹ ਦੋ ਗੁਰੂ ਕੇ ਸਿੱਖ ਹਨ, ਜਿਹੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਅਰਜਨ ਟਿਕ ਆਏ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਵਾਸਤੇ ਆਏ ਹੈ। ਕਰ ਬੰਦਨ ਬੈਠੇ ਤਬੈ ਸਤਿਗੁਰਾਂ ਨੂੰ ਨਮਸਕਾਰ ਕਰਕੇ ਦੀਵਾਨ ਵਿੱਚ ਸਤਿਗੁਰਾਂ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਗਏ ਹਨ। ਪੂਜੇ ਸਹਿਜ ਸੁਭਾਏ ਸੁਤੇ ਸਿੱਧ ਸਤਿਗੁਰਾਂ ਨੂੰ ਬੇਨਤੀ ਕਰਕੇ ਨਾ ਗੁਰਮੁਖਾਂ ਨੇ ਗੁਰਸਿੱਖਾਂ ਨੇ ਪੁੱਛਣਾ ਕੀਤਾ ਜੋ ਮਨ ਦਾ ਸ਼ੰਕਾ ਸੀ। ਚੌਪਈ ਸ੍ਰੀ ਗੁਰ ਇਮ ਹੈ ਹੁਕਮ ਤੁਮਾਰੋ। ਇਹ ਧੰਨ ਗੁਰੂ ਅਰਜਨ ਦੇਵ ਜੀ, ਇਵੇਂ ਤੁਹਾਡਾ ਹੁਕਮ ਹੈ ਜੋ ਆਗਿਆ ਹੈ। ਮਨ ਇਕਾਗਰ ਕਰ ਭਜਨ ਸੁਧਾਰੋ। ਮਨ ਨੂੰ ਇਕਾਗਰ ਕਰਕੇ, ਮਨ ਨੂੰ ਸਿੱਧਾ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ, ਮਨ ਇੱਧਰ ਉੱਧਰ ਨਾ ਭਟਕੇ, ਮਨ ਬਿਲਕੁਲ ਸਿੱਧਾ ਰਹੇ ਨਾਮ ਵਿੱਚ ਪਰਮੇਸ਼ਰ ਦੇ ਭਜਨ ਵਿੱਚ, ਇਹ ਤੁਹਾਡਾ ਹੁਕਮ ਹੈ। ਸਾਵਧਾਨ ਇਕਾਗਰ ਚੀਤ, ਪੂਰੀ ਸਾਵਧਾਨੀ ਰੱਖਣੀ, ਇਕਾਗਰ ਚਿੱਤ ਰੱਖਣਾ, ਇਸ ਕਰਕੇ ਤਾਂ ਭਜਨ ਕਰਨਾ ਬੜੇ ਧਿਆਨ ਨਾਲ, ਇਸ ਕਰਕੇ ਤੁਹਾਡਾ ਹੁਕਮ ਹੈ ਕਿ ਜਦੋਂ ਵੀ ਭਜਨ ਕਰਨਾ ਮਨ ਨੂੰ ਇਕਾਗਰ ਕਰਕੇ ਕਰਨਾ ਹੈ। ਕਰ ਹਾਰੇ ਹਮ ਅਨਕ ਉਪਾਏ। ਅਸੀਂ ਬੜੇ ਉਪਾਅ, ਯਤਨ, ਮਿਹਨਤਾਂ, ਮਸ਼ਕਤਾਂ ਕਰ ਕਰਕੇ ਹਾਰ ਗਏ ਹਾਂ, ਥੱਕ ਗਏ ਹਾਂ। ਨਹੀਂ ਇਕਾਗਰਤਾ ਮਨ ਪਾਏ। ਮਨ ਨੂੰ ਇਕਾਗਰਤਾ ਨਹੀਂ ਮਿਲਦੀ ਹੈ, ਪ੍ਰਾਪਤ ਨਹੀਂ ਹੁੰਦੀ, ਮਨ ਕਦੇ ਟਿਕਦਾ ਨਹੀਂ ਹੈ, ਮਨ ਭਜਨ ਵਿੱਚ ਦੌੜਦਾ ਹੀ ਰਹਿੰਦਾ ਹੈ, ਕਦੇ ਇੱਧਰ ਚਲਿਆ ਜਾਂਦਾ, ਕਦੇ ਉੱਧਰ ਚਲਿਆ ਜਾਂਦਾ ਹੈ, ਇੱਕ ਪਲ ਵੀ ਭਜਨ ਵਿੱਚ ਮਨ ਨਹੀਂ ਲੱਗਦਾ ਹੈ ਸਾਡਾ। ਸੁਣ ਸਤਿਗੁਰ ਕਹਿ, ਸੁਣ ਸਤਿਗੁਰ ਕਹਿ ਉੱਤਰ ਤਿੰਨ ਕੋ। ਤਿੰਨਾਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਨੇ ਆਪ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਸੱਚੇ ਪਾਤਸ਼ਾਹ ਜੀ ਨੇ ਉੱਤਰ ਦੇਣਾ ਕੀਤਾ। ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ। ਕਹਿੰਦੇ ਪਹਿਲਾਂ ਤਾਂ ਤੁਹਾਨੂੰ ਮਨ ਦੇ ਸੁਭਾਅ ਦਾ ਹੀ ਨਹੀਂ ਪਤਾ ਸੀ, ਭਜਨ ਤਾਂ ਕਰੀ ਜਾਂਦੇ ਸੀ ਪਰ ਤੁਹਾਨੂੰ ਇਸ ਗੱਲ ਦਾ ਚਿੱਤ ਚੇਤਾ ਹੀ ਨਹੀਂ ਸੀ ਕਿ ਮਨ ਲੱਗਦਾ ਵੀ ਹੁੰਦਾ ਕਿ ਨਹੀਂ ਲੱਗਦਾ। ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਮਨ ਸਾਡਾ ਜੁੜਿਆ ਜਾਂ ਨਹੀਂ ਜੁੜਿਆ। ਪਹਿਲਾਂ ਤਾਂ ਮਨ ਦਾ ਸੁਭਾਅ ਹੀ ਨਹੀਂ ਪਤਾ ਸੀ, ਮਨ ਦੇ ਸੁਭਾਅ ਨੂੰ ਤੁਸੀਂ ਜਾਣਦੇ ਹੀ ਨਹੀਂ ਸੋ।
ਲੱਗੇ ਪਛਾਨਣ ਅਵਗਤ ਅੰਤਰ। ਇਹ ਭਜਨ ਦੀ ਕਿਰਪਾ ਹੈ ਕਿ ਤੁਹਾਨੂੰ ਮਨ ਦੀ ਹਾਲਤ ਦਾ ਪਤਾ ਲੱਗਣ ਲੱਗ ਪਿਆ ਕਿ ਮਨ ਲੱਗਦਾ ਹੈ ਕਿ ਨਹੀਂ ਲੱਗਦਾ, ਮਨ ਜੁੜਦਾ ਹੈ ਜਾਂ ਨਹੀਂ ਜੁੜਦਾ। ਇਹ ਵੀ ਤੁਹਾਨੂੰ ਗਿਆਨ ਹੋ ਗਿਆ। ਇਹ ਵੀ ਭਜਨ ਕਰਕੇ ਬਿਰਤੀ ਜਿਹੜੀ ਹੈ ਇਹ ਸੂਖਮ ਹੋ ਗਈ ਮਨ ਦੀ। ਇਸੀ ਯਤਨ ਮੈਂ ਰਹੋ ਨਿਰੰਤਰ। ਇਸੇ ਯਤਨ ਵਿੱਚ ਇੱਕ ਰਸ ਰਹਿਣਾ ਹੈ, ਮਨ ਉੱਤੇ ਧਿਆਨ ਦੇਣਾ ਹੈ ਜਦੋਂ ਭਜਨ ਕਰਨਾ ਹੈ। ਨਿਕਸੈ ਮਨ ਪੁਨ ਜੋ ਰਹੋ ਆਨ। ਜਦੋਂ ਭਜਨ ਵਿੱਚੋਂ ਮਨ ਨਿਕਲ ਜਾਏ, ਹੋਰ ਫੁਰਨਿਆਂ ਵਿੱਚ ਜਾ ਕੇ ਪੈ ਜਾਏ ਨਾ, ਫਿਰ ਮਨ ਨੂੰ ਦੁਬਾਰਾ ਮੋੜ ਕੇ ਲਿਆਓ। ਬਾਰ ਬਾਰ ਮੋੜ ਕੇ ਮਨ ਨੂੰ ਭਜਨ ਵਿੱਚ, ਨਾਮ ਵਿੱਚ, ਸਿਮਰਨ ਵਿੱਚ, ਬਾਣੀ ਦੇ ਜਾਪ ਵਿੱਚ ਲਾਉਣਾ ਕਰੋ। ਪੁਨ ਪੁਨ ਰੁਕੋ ਬਨ ਸਾਵਧਾਨ। ਬੜੀ ਤਕੜਾਈ ਰੱਖਣੀ ਪੈਂਦੀ ਆ, ਮਨ ਉੱਤੇ ਪਹਿਰਾ ਦੇਣਾ ਪੈਂਦਾ ਕਿ ਜਦੋਂ ਜਦੋਂ ਮਨ ਬਾਹਰ ਨਿਕਲੇ ਉਹਨੂੰ ਫੇਰ ਰੋਕੋ। ਇਹਨੂੰ ਨਿਧਿਆਸਨ ਕਿਹਾ ਜਾਂਦਾ ਹੈ, ਮਨ ਨੂੰ, ਮਨ ਦੀ ਗਤੀ ਨੂੰ ਬਾਰ ਬਾਰ ਰੋਕ ਕੇ ਧਿਆਨ ਵਿੱਚ ਜੋੜਨਾ, ਨਾਮ ਵਿੱਚ, ਬਾਣੀ ਵਿੱਚ, ਵਾਹਿਗੁਰੂ ਦੇ ਭਜਨ ਵਿੱਚ। ਸਹਿਜ ਸੁਭਾਅ ਇੱਕ ਥਿਰਤਾ ਹੋਏ। ਕਹਿੰਦੇ ਜਦੋਂ ਇਸ ਤਰ੍ਹਾਂ ਧਿਆਨ ਦਿੰਦਿਆਂ ਦਿੰਦਿਆਂ ਸੋਤੇ ਸਿੱਧ ਮਨ ਟਿਕਣ ਲੱਗ ਜਾਏ, ਭਜਨ ਵਿੱਚ ਬੈਠਦਿਆਂ ਸਾਰੀ ਮਨ ਇਕਾਗਰ ਹੋ ਜਾਏ ਨਾ, ਐਨ ਪੂਰਾ ਪੂਰਾ ਮਨ ਟਿਕ ਜਾਏ ਨਾਮ ਦੇ ਵਿੱਚ। ਪਾਪ ਹੋ ਸ਼ਰੇ ਕਸ਼ਟ ਗਨ ਖੋਏ। ਕਹਿੰਦੇ ਫੇਰ ਤੁਹਾਨੂੰ ਕਿਤੇ ਕਲਿਆਣ ਪ੍ਰਾਪਤ ਹੋਵੇਗੀ, ਮੁਕਤੀ, ਔਰ ਸਾਰੇ ਕਸ਼ਟ ਦੁੱਖ ਜਿੰਨੇ ਵੀ ਤੁਹਾਡੇ ਨਾਸ਼ ਹੋ ਜਾਣਗੇ, ਖੋ ਜਾਣਗੇ, ਮਿਟ ਜਾਣਗੇ। ਮਨ ਜਿਨ੍ਹਾਂ ਦਾ ਵਾਹਿਗੁਰੂ ਦੇ ਭਜਨ ਵਿੱਚ, ਬਾਣੀ ਵਿੱਚ ਇਕਾਗਰ ਹੋਣ ਲੱਗ ਜਾਏ ਨਾ ਸਾਧ ਸੰਗਤ ਜੀ, ਉਹਨਾਂ ਦੇ ਸੰਸਾਰ ਦੇ ਦੁੱਖ ਕਸ਼ਟ ਵੀ ਮਿਟਣੇ ਸ਼ੁਰੂ ਹੋ ਜਾਂਦੇ ਹੈ। ਸੰਸਾਰ ਦੇ ਦੁੱਖਾਂ ਤੋਂ ਵੀ ਉਹ ਮੁਕਤੀ ਪ੍ਰਾਪਤ ਕਰ ਲੈਂਦੇ ਹੈ, ਔਰ ਨਾਮ ਦੇ ਰਸ ਵਿੱਚ ਉਹਨਾਂ ਦੀ ਬਿਰਤੀ ਜਦੋਂ ਲੀਨ ਹੋ ਜਾਂਦੀ ਹੈ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਵੀ ਲੀਨ ਹੋਣ ਦਾ ਉਹਨਾਂ ਨੂੰ ਰਸਤਾ ਪ੍ਰਾਪਤ ਹੋ ਜਾਂਦਾ। ਇਹ ਮਾਰਗ, ਇਹ ਰਸਤਾ ਇਕਾਗਰਤਾ ਤੋਂ ਬਿਨਾਂ ਨਹੀਂ ਖੁੱਲ੍ਹਦਾ ਹੈ। ਐਨ ਪੂਰਾ ਇਕਾਗਰ ਮਨ ਹੋ ਜਾਂਦਾ ਜਦੋਂ, ਤਾਂ ਵਾਹਿਗੁਰੂ ਦੇ ਨੇੜੇ ਮਹਿਸੂਸ ਕਰਦਾ ਹੋਇਆ ਹੋਇਆ ਗੁਰਮੁਖ ਆਪਣੇ ਆਪ ਨੂੰ ਇਹ ਮਹਿਸੂਸ ਨਹੀਂ ਕਰਦਾ, ਉਹਨੂੰ ਪਤਾ ਵੀ ਲੱਗ ਜਾਂਦਾ, ਅਹਿਸਾਸ ਵੀ ਹੋ ਜਾਂਦਾ ਕਿ ਹੁਣ ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਚੁੱਕਾ ਹਾਂ। ਜੁੜੇ ਹੋਏ ਮਨ ਦੀ ਨਿਸ਼ਾਨੀ ਕੀ ਹੈ? ਮਨ ਵਿੱਚ ਹੋਰ ਫਿਰ ਕੋਈ ਫੁਰਨਾ ਨਹੀਂ ਉੱਠਦਾ, ਹੋਰ ਸੰਕਲਪ ਨਹੀਂ ਮਨ ਵਿੱਚ ਆਉਂਦਾ, ਫਿਰ ਮਨ ਫੁਰਨਿਆਂ ਤੋਂ ਰਹਿਤ ਹੋ ਜਾਂਦਾ ਸਾਧ ਸੰਗਤ ਜੀ। ਐਸੀ ਅਵਸਥਾ ਗੁਰਮੁਖਾਂ ਦੀ ਬਣ ਜਾਂਦੀ ਹੈ। ਸੁਣ ਉਪਦੇਸ਼ ਯਤਨ ਤੇ ਮਠਾਨਾ। ਔਰ ਜਿਹਨੇ ਦੁੱਖ ਵੀ ਕੱਟਣੇ ਆ ਨਾ ਸੰਸਾਰ ਦੇ ਜਾਂ ਸਰੀਰ ਦੇ, ਉਹ ਇਕਾਗਰ ਹੋ ਕੇ ਬਾਣੀ ਪੜ੍ਹੇ, ਇਕਾਗਰ ਹੋ ਕੇ ਸਿਮਰਨ ਕਰੇ ਜਾਂ ਜਾਪ ਕਰੇ, ਔਰ ਹੌਲੀ ਹੌਲੀ ਮਹਾਰਾਜ ਉਹਨੂੰ ਦੁੱਖਾਂ ਤੋਂ ਵੀ ਮੁਕਤੀ ਬਖਸ਼ਿਸ਼ ਕਰ ਦਿੰਦੇ ਹਨ। ਇਉਂ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਇਹਨਾਂ ਨੇ ਮਨ ਨੂੰ ਇਕਾਗਰ ਕਰਨਾ, ਔਰ ਇਕਾਗਰ ਮਨ ਦੇ ਨਾਲ ਭਜਨ ਕਰਨਾ ਸ਼ੁਰੂ ਕਰ ਦਿੱਤਾ। ਸੋ ਪ੍ਰਾਪਤ ਹੋਏ ਕਲਿਆਣਾ। ਸੋ ਇਹਨਾਂ ਨੂੰ ਕਲਿਆਣ, ਸਾਰੇ ਸੁੱਖ, ਆਤਮਕ ਆਨੰਦ ਦੀ ਪ੍ਰਾਪਤੀ ਦਾ ਸੁੱਖ, ਜੀਵ ਈਸ਼ ਦੀ ਏਕਤਾ ਦਾ ਜੋ ਮਿਲਣ ਸੀ ਉਹ ਵੀ ਪ੍ਰਾਪਤ ਹੋ ਗਿਆ ਹੈ। ਮੰਨ ਕੇ ਸੰਗ ਪਿਰਾਣਾ ਆਇਓ। ਅਗਲਾ ਪ੍ਰਸੰਗ ਸ਼ੁਰੂ ਹੋ ਗਿਆ। ਸੰਗਤ ਜੀ, ਭਾਈ ਮੰਝ ਜੀ ਦਾ ਨਾਮ ਵੀ ਸੁਣਿਆ ਤੁਸੀਂ, ਪ੍ਰਾਣਾ ਜੀ ਦਾ ਵੀ ਨਾਮ ਸੁਣਿਆ। ਧੰਨ ਗੁਰੂ ਅਰਜਨ ਦੇਵ ਜੀ ਜਦੋਂ
ਲਾਹੌਰ ਵਿਖੇ ਸ਼ਹਾਦਤ ਦੇਣ ਵਾਸਤੇ ਗਏ ਉਦੋਂ ਪੰਜ ਸਿੱਖ ਸਨ ਸਤਿਗੁਰਾਂ ਦੇ ਨਾਲ, ਭਾਈ ਜੇਠਾ, ਭਾਈ ਪ੍ਰਾਣਾ, ਬਾਬਾ ਵਿਧੀ ਚੰਦ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ। ਇਹ ਪੰਜ ਸਿੱਖ ਸਨ ਸਤਿਗੁਰਾਂ ਦੇ ਨਾਲ। ਉਹਨਾਂ ਵਿੱਚੋਂ ਇੱਕ ਭਾਈ ਪ੍ਰਾਣਾ ਜੀ ਹੋਏ ਆ, ਜਿਨ੍ਹਾਂ ਨੇ ਭਾਈ ਲੱਖੂ ਧਾੜਵੀ ਉੱਤੇ ਕਿਰਪਾ ਕੀਤੀ ਸੀ, ਬਖਸ਼ਿਸ਼ ਕੀਤੀ ਸੀ ਬਾਣੀ ਨਾਲ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਜਿਨ੍ਹਾਂ ਨੇ ਜੋੜਿਆ। ਧੰਨ ਇਹਨਾਂ ਗੁਰਮੁਖਾਂ ਦੀ, ਮਹਾਂਪੁਰਖਾਂ ਦੀ ਕਰਨੀ ਸੀ। ਭਾਈ ਪ੍ਰਾਣਾ ਜੀ, ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਜੀ ਤੱਕ ਇਹਨਾਂ ਦਾ ਸਰੀਰ ਰਿਹਾ। ਜੰਗਲ ਦੇ ਵਿੱਚੋਂ ਸੁੱਕਾ ਬਾਲਣ ਵੱਢ ਕੇ ਇਹਨਾਂ ਨੇ ਲਿਆਉਣਾ ਔਰ ਸਾਰਾ ਦਿਨ ਬਾਲਣ ਢੋਣ ਦੀ ਸੇਵਾ ਕਰਨੀ। ਜਦੋਂ ਅੰਮ੍ਰਿਤਸਰ ਸਾਹਿਬ ਜੀ ਦਾ ਪਹਿਲਾ ਯੁੱਧ ਹੋਇਆ, ਛੇਵੇਂ ਪਾਤਸ਼ਾਹ ਜੀ ਦੇ ਇੱਕ ਜਰਨੈਲ ਵਜੋਂ ਵੀ ਜ਼ਾਲਮਾਂ ਦੇ ਆਹੂ ਲਾ ਲਾ ਕੇ ਬਹੁਤ ਵੱਡੀ ਸ਼ੂਰ ਵੀਰਤਾ ਬਹਾਦਰੀ ਇਹਨਾਂ ਮਹਾਂਪੁਰਖਾਂ ਨੇ ਵਿਖਾਈ। ਛੇਵੇਂ ਪਾਤਸ਼ਾਹ ਜੀ ਤੱਕ ਇਹ ਮਹਾਂਪੁਰਖ ਰਹੇ ਭਾਈ ਪ੍ਰਾਣਾ ਜੀ। ਐਸੇ ਭਾਈ ਮੰਝ ਜੀ ਜੋ ਦੁਆਬੇ ਦੀ ਧਰਤੀ ਤੋਂ ਸਨ, ਮਾਈ ਕੀ ਕੰਗਾ ਨਗਰ ਸਾਧ ਸੰਗਤ ਜੀ ਦਸੂਹੇ ਤੋਂ ਪਰੇ ਉੱਥੋਂ ਦੇ ਰਹਿਣ ਵਾਲੇ ਸਨ ਭਾਈ ਮੰਝ ਜੀ, ਔਰ ਦੂਜੇ ਭਾਈ ਪ੍ਰਾਣਾ ਜੀ। ਭਾਈ ਮੰਝ ਅਤੇ ਭਾਈ ਪ੍ਰਾਣਾ ਲਗਭਗ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕੋ ਵੇਲੇ ਸਤਿਗੁਰਾਂ ਦੇ ਦਰਸ਼ਨ ਕਰਨ ਆਏ, ਥੋੜ੍ਹਾ ਥੋੜ੍ਹਾ ਹੀ ਫਰਕ ਹੈ। ਇਸ ਕਰਕੇ ਦੋ ਸਿੱਖਾਂ ਦਾ ਇੱਥੇ ਜ਼ਿਕਰ ਆਇਆ ਕਿ ਭਾਈ ਮੰਝ ਅਤੇ ਉਹਨਾਂ ਦੇ ਨਾਲ ਭਾਈ ਪ੍ਰਾਣਾ ਵੀ ਆਇਆ ਹੈ ਦਰਸ਼ਨ ਕਰਨ। ਸਤਿਗੁਰ ਆ ਕੇ ਸੀਸ ਨਿਵਾਇਓ, ਸਤਿਗੁਰਾਂ ਅੱਗੇ ਆ ਕੇ ਸਿਰ ਨਵਾ ਕੇ ਧਰਤੀ ਤੇ ਮਸਤਕ ਲਾ ਕੇ ਮੱਥਾ ਟੇਕਿਆ ਭਾਵਨਾ ਦੇ ਨਾਲ। ਦੇਹੋ ਉਪਦੇਸ਼ ਹੋਏ ਕਲਿਆਣੇ, ਇਹ ਮਹਾਰਾਜ ਐਸਾ ਉਪਦੇਸ਼ ਦਿਓ, ਕਿਰਪਾ ਕਰੋ ਕਿ ਜਿਸ ਕਰਕੇ ਸਾਡੀ ਕਲਿਆਣ ਹੋ ਜਾਏ। ਦੁਨੀਆ ਕਲਿਆਣ ਕੋਈ ਵਿਰਲਾ ਹੀ ਮੰਗਦਾ, ਮੁਕਤੀ ਨਹੀਂ ਕੋਈ ਮੰਗਦਾ, ਦੁਨੀਆ ਸੁੱਖ ਹੀ ਮੰਗਦੀ ਹੈ। ਕੋਈ ਕਹਿੰਦਾ ਆਹ ਮਿਲ ਜੇ, ਆਹ ਮਿਲ ਜੇ, ਆਹ ਹੋ ਜੇ, ਉਹ ਹੋ ਜੇ, ਦੁਨੀਆ ਮੰਗਣ ਵਾਲਿਆਂ ਨੂੰ ਦੁਨੀਆ ਮਿਲ ਜਾਂਦੀ ਹੈ। ਸੰਗਤ ਜੀ, ਗੁਰੂ ਦਾ ਦਰ ਐਡਾ ਵੱਡਾ ਮਹਾਨ ਹੈ। ਇੱਕ ਸਦੋਹ ਚੌਕਿਆ ਗਣੀ ਸਭ ਇਕਤ ਸਾਧ ਮੁੱਠੀ, ਏਕਾ ਦਨਾਏ ਰਸੀ ਅੜਾਕਾ ਵਿਰਲੀ ਜਾਏ ਬੁੱਠੀ। ਆਪਾਂ ਸਾਰੇ ਹੀ ਹੈ, ਕੋਈ ਵਿਰਲਾ ਹੀ ਹੈ ਨਾ ਜਿਹੜਾ ਮਹਾਰਾਜ ਕੋਲੋਂ ਕਹਿੰਦਾ ਮਨ ਮੇਰਾ ਨਾਮ ਵਿੱਚ ਜੁੜ ਜਾਏ, ਮਹਾਰਾਜ ਕਿਰਪਾ ਕਰੋ ਜੋੜ ਦਿਓ ਬਾਣੀ ਵਿੱਚ, ਨਾਮ ਵਿੱਚ, ਭਜਨ ਵਿੱਚ, ਨਹੀਂ ਤਾਂ ਦੁਨੀਆਂ ਦੇ ਸੁਖੀ ਸੰਸਾਰ ਮੰਗਦਾ ਹੈ। ਚਲੋ, ਗੁਰੂ ਐਡਾ ਵੱਡਾ ਦਿਆਲੂ ਹੈ, ਸਤਿਗੁਰੂ ਬਖਸ਼ਿਸ਼ਾਂ ਦੇ ਐਡੇ ਵੱਡੇ ਬਖਸ਼ਿੰਦ ਹੈ, ਦੁਨੀਆਂ ਦੇ ਪਦਾਰਥ ਮੰਗਣ ਵਾਲਿਆਂ ਨੂੰ ਦੁਨੀਆਂ ਦੇ ਸੁੱਖ ਵੀ ਮਹਾਰਾਜ ਬਖਸ਼ੀ ਜਾਂਦੇ ਹੈ। ਪਰ ਧੰਨ ਇਹ ਸਿੱਖ ਜਿਨ੍ਹਾਂ ਨੇ ਐਸਾ ਉਪਦੇਸ਼ ਮੰਗਿਆ, ਮਹਾਰਾਜ ਸਾਡੀ ਮੁਕਤੀ ਹੋ ਜਾਏ, ਨਹੀਂ ਤਾਂ ਕਹਿੰਦੇ ਸਾਨੂੰ ਕੋਈ ਇਹੋ ਜਿਹੀ ਡੁਗਤੀ ਦੱਸ ਦਿਓ, ਆਹ ਮਿਲ ਜੇ, ਆਹ ਮਿਲ ਜੇ, ਕੋਈ ਤਰੀਕਾ ਢੰਗ ਦੱਸ ਦਿਓ। ਪਰ ਇਹ ਧੰਨ ਗੁਰੂ ਕੇ ਸਿੱਖ ਇਹ ਮਹਾਰਾਜ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਐਸਾ ਉਪਦੇਸ਼ ਦਿਓ, ਅਸੀਂ ਮੁਕਤ ਹੋ ਜਾਈਏ, ਸਾਡੀ ਕਲਿਆਣ ਹੋਵੇ। ਸ਼੍ਰੀ ਮੁਖ ਤੇ ਸ਼ੁਭ ਵਾਕ ਬਖਾਨੇ, ਪਵਿੱਤਰ ਬਚਨ ਸੁਭਾਏ ਮਾਨ ਮੁਖਾਰ ਬਿੰਦ ਤੋਂ ਕਰਦਿਆਂ ਸਤਿਗੁਰਾਂ ਨੇ ਅੱਗੋਂ ਉੱਤਰ ਦਿੱਤਾ ਹੈ। ਸਰਵਰ ਕੇ ਮੁਰੀਦ ਤੁਮ ਦੋ, ਉਹ ਤੁਸੀਂ ਤਾਂ ਭਾਈ ਸਖੀ ਸਰਵਰ ਨੂੰ ਮੰਨਣ ਵਾਲੇ ਹੋ, ਲਾਲਾਂ ਵਾਲੇ ਪੀਰ ਨੂੰ ਤੁਸੀਂ ਤਾਂ ਉਹਦੇ ਮਰੀਦ ਸੇਵਕ ਬਣੇ ਹੋ, ਪਹਿਲਾਂ ਉਹਦੀ ਮਾਨਤਾ ਕਰਦੇ ਹੋ ਸਾਡੇ ਕੋਲੇ ਆਉਣ ਤੋਂ। ਸਿੱਖੀ ਕਠਨ ਕਮਾਏ ਨਾ ਸੋ, ਸਿੱਖੀ ਬੜੀ ਔਖੀ ਹੈ, ਦੁਨੀਆਂ ਦੇ ਸੌਖੇ ਪਦਾਰਥ, ਸੌਦਾ ਤਾਂ ਆਮ ਦੁਕਾਨਾਂ ਤੇ ਮਿਲ ਹੀ ਜਾਂਦਾ, ਹੀਰੇ ਜਵਾਹਰਾਤ ਵਾਲੇ ਲੱਭਣੇ ਔਖੇ ਆ ਨਾ, ਜੌਹਰੀਆਂ ਦੀਆਂ ਦੁਕਾਨਾਂ ਵਿਰਲੀਆਂ ਹੁੰਦੀਆਂ,
ਤੇਲ ਸਾਬਣ ਮੂਲੀਆਂ ਸਬਜ਼ੀ ਜਿੱਥੋਂ ਮਰਜ਼ੀ ਖਰੀਦ ਲਓ ਸਭ ਕੁਝ ਹੀ ਮਿਲ ਜਾਂਦਾ, ਪਰ ਹੀਰੇ ਜਵਾਹਰਾਤ ਲੱਭਣੇ ਔਰ ਜੌਹਰੀਆਂ ਦੀਆਂ ਦੁਕਾਨਾਂ ਮਿਲਣੀਆਂ ਬੜੀਆਂ ਘੱਟ ਹੋਇਆ ਕਰਦੀਆਂ ਹਨ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਤੁਸੀਂ ਤਾਂ ਲਾਲਾਂ ਵਾਲੇ ਪੀਰ ਦੇ ਮਰੀਦ ਹੋ, ਸੇਵਕ ਹੋ, ਤੁਹਾਡੇ ਕੋਲੋਂ ਸਿੱਖੀ ਨਹੀਂ ਕਮਾਈ ਜਾਣੀ। ਸਿੱਖੀ ਬੜੀ ਕਠਿਨ ਹੈ, ਸਿੱਖੀ ਬੜੀ ਔਖੀ ਹੈ, ਸਿੱਖੀ ਨੂੰ ਹਰ ਕੋਈ ਨਹੀਂ ਕਮਾ ਸਕਦਾ। ਕਹਿਣ ਲੱਗੇ ਤੁਮ ਦਰਸ਼ਨ ਭਇਓ, ਬੇਨਤੀ ਕੀਤੀ ਮਹਾਰਾਜ ਜਦੋਂ ਦੇ ਆਪ ਜੀ ਦੇ ਸਾਨੂੰ ਦਰਸ਼ਨ ਹੋ ਗਏ ਹੈ, ਤਬ ਤੇ ਹਮਰੋ ਮਨ ਫਿਰ ਗਇਓ। ਪੂਰੇ ਗੁਰੂ ਦੇ ਦਰਸ਼ਨਾਂ ਦਾ ਇਹ ਮਹਾਤਮ ਹੁੰਦਾ ਕਿ ਤੁਹਾਡੇ ਦਰਸ਼ਨ ਕਰਦਿਆਂ ਸਾਡਾ ਮਨ ਫਿਰ ਗਿਆ, ਬਦਲ ਗਿਆ। ਆਖੋ ਭਾਈ ਵਾਹਿਗੁਰੂ, ਕੀ ਮਨ ਬਦਲ ਗਿਆ ਹੈ ਤੁਹਾਡੀ ਕਿਰਪਾ ਦੇ ਨਾਲ। ਹਿੰਦ ਜਨਮ ਹਮ ਤੁਰਕ ਮਨਾਵੈ, ਸਾਨੂੰ ਅੰਦਰੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਿੰਦੂਆਂ ਦੇ ਘਰ ਵਿੱਚ ਜਨਮ ਹੋ ਕੇ ਅਸੀਂ ਤੁਰਕਾਂ ਨੂੰ ਮੰਨਦੇ ਹਾਂ, ਤੁਰਕਾਂ ਦੀਆਂ ਕਬਰਾਂ ਮੜੀਆਂ ਨੂੰ ਪੂਜਦੇ ਹਾਂ। ਸਾਧ ਸੰਗਤ ਜੀ, ਤੁਰਕ ਤਾਂ ਕਬਰਾਂ ਨੂੰ ਮੰਨਦੇ ਨਹੀਂ, ਮੱਥਾ ਹੀ ਨਹੀਂ ਟੇਕਦੇ। ਆਪਾਂ ਪਤਾ ਨਹੀਂ ਕਿਉਂ ਟੇਕੀ ਜਾਂਦੇ ਹਾਂ, ਕੋਈ ਕਬਰਾਂ 'ਤੇ ਜਾ ਕੇ ਦੀਵੇ ਜਗਾਈ ਜਾਂਦਾ, ਕੋਈ ਰੋਡ ਚੜ੍ਹਾਈ ਜਾਂਦਾ, ਕੋਈ ਚਾਦਰਾਂ ਦੇਈ ਜਾਂਦਾ। ਸਿੱਖ ਨੂੰ ਤਾਂ ਹੁਕਮ ਹੀ ਨਹੀਂ ਸਤਿਗੁਰੂ ਤੋਂ ਬਿਨਾਂ ਜਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕਿਤੇ ਨਮਸਕਾਰ ਕਰਨੀ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਜਾਗਤ ਜੋਤ ਜਪੈਨ ਸਬਾਸਰ ਏਕ ਬਿਨਾ ਮਨ ਨੈਕ ਨਾਨ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮੱਠ ਭੂਲ ਨਾ ਮਨ। ਗੋਰਾਂ ਕਬਰਾਂ ਨੂੰ, ਮੜੀਆਂ ਨੂੰ, ਮੱਠਾਂ ਨੂੰ ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ, ਸਤਿਗੁਰੂ ਦੇ ਬਚਨ ਹਨ ਕਲਗੀਆਂ ਵਾਲੇ ਦੇ। ਇਸ ਕਰਕੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਨੂੰ ਅੰਦਰੋਂ ਅਹਿਸਾਸ ਹੋਇਆ, ਮਨ ਨੂੰ ਨਫ਼ਰਤ ਹੋਈ ਹੈ ਸਿੱਖਾਂ ਦੇ ਘਰ ਵਿੱਚ। ਕਹਿ ਲਓ ਕਿ ਸਿੱਖਾਂ ਦੇ ਘਰ ਵਿੱਚ ਜਿੰਨਾ ਚਿਰ ਮਹਾਰਾਜ ਦੇ ਚਰਨਾਂ ਵਿੱਚ ਨਹੀਂ ਆਏ ਸਨ, ਉਦੋਂ ਅਜੇ ਸਿੱਖੀ ਨਹੀਂ ਨਾ ਧਾਰਨ ਕੀਤੀ ਸੀ, ਉਦੋਂ ਹਿੰਦੂ ਧਰਮ ਨੂੰ ਹੀ ਮੰਨਦੇ ਸਨ। ਤੋ ਮਹਾਰਾਜ ਜੀ ਨੇ ਕਿਹਾ, ਭਾਈ ਇਹਨਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਅਸੀਂ ਆਪਣੇ ਆਪ ਨੂੰ ਬੜਾ ਹੀ ਪਛਤਾਪ ਦੇ ਵਿੱਚ ਲੈ ਕੇ ਗਏ ਹਾਂ ਕਿ ਅਸੀਂ ਮੰਨਦੇ ਕਿਹਨਾਂ ਨੂੰ ਹਾਂ ਤੇ ਪੂਜਾ ਤੁਰਕਾਂ ਦੀਆਂ ਕਬਰਾਂ ਦੀਆਂ ਕਰਦੇ ਹਾਂ। ਜਿਹੜੇ ਬੰਦੇ ਦਾ ਧਰਮ ਹੀ ਚੱਲਿਆ ਗਿਆ ਉਹਦਾ ਪ੍ਰਲੋਕ ਵੀ ਨਾਸ ਹੋ ਜਾਂਦਾ, ਰੱਬ ਦੀ ਦਰਗਾਹ ਪ੍ਰਲੋਕ ਵਿੱਚ ਵੀ ਇਹਨੂੰ ਕਿਤੇ ਢੋਈ ਨਹੀਂ ਮਿਲਦੀ ਹੈ। ਸੁਣ ਗੁਰ ਕਹੇ ਜਾਹੋ ਨਿਜ ਧਾਮ। ਸਤਿਗੁਰੂ ਕਹਿੰਦੇ ਜੇ ਮਨ ਬਦਲਿਆ ਤਾਂ ਮਨ ਬਦਲੇ ਦਾ ਤਾਂ ਹੀ ਪਤਾ ਲੱਗੇਗਾ ਨਾ ਵੀ ਉਸੇ ਤਰ੍ਹਾਂ ਤੁਸੀਂ ਕਰੋ ਜਿਵੇਂ ਅਸੀਂ ਆਖੀਏ। ਤਾਂ ਕਹਿਣ ਲੱਗੇ ਆਗਿਆ ਦਿਓ। ਸਤਿਗੁਰੂ ਜੀ ਕਹਿਣ ਲੱਗੇ, ਚੰਗਾ ਆਪੋ ਆਪਣੇ ਘਰ ਨੂੰ ਵਾਪਸ ਜਾਣਾ ਕਰੋ। ਪ੍ਰਥਮ ਢਾਹੋ ਸੁਲਤਾਨ ਮੁਕਾਮ। ਜਿਹੜਾ ਸੁਲਤਾਨੀਏ ਪੀਰ ਦੀ ਘਰ ਵਿੱਚ ਕਬਰ ਬਣਾਈ ਹੈ ਨਾ, ਘਰ ਬਣਾਇਆ ਹੋਇਆ, ਮੁਕਾਮ ਨਾਮ ਉਹ ਘਰ ਜੇ ਬਣਾ ਕੇ ਰੱਖਦੇ ਆ ਨਾ ਸੁਲਤਾਨੀਏ, ਕਹਿਣ ਲੱਗੇ ਮਹਾਰਾਜ ਉਹ ਜਾ ਕੇ ਪਹਿਲਾਂ ਉਹਨੂੰ ਢਾ ਕੇ ਆਓ ਆਪਣੇ ਘਰਾਂ ਵਿੱਚੋਂ। ਆਵੋ ਹਮ ਸਿੱਖ ਬਣਾਵਾਂ, ਫਿਰ ਸਾਡੇ ਕੋਲੇ ਆਇਓ, ਫਿਰ ਗੁਰਸਿੱਖੀ ਦੀ ਦਾਤ ਬਖਸ਼ਾਂਗੇ, ਚਰਨ ਪੌਹਲ ਮਿਲੇਗੀ, ਫਿਰ ਤੁਹਾਨੂੰ ਸਿੱਖ ਬਣਾਵਾਂਗੇ। ਅਸੀਂ ਵੀ ਸਮਝਾਂਗੇ ਕਿ ਤੁਹਾਡੇ ਮਨ ਵਿੱਚ ਸਿੱਖੀ ਦਾ ਪ੍ਰੇਮ ਜਾਗਿਆ, ਫਿਰ ਹੀ ਸਿੱਖੀ ਦਾ ਦਾਨ ਦੇਵਾਂਗੇ। ਸ਼ੁਭ ਆਪਣੋ ਉਪਦੇਸ਼ ਬਤਾਵੋ। ਗੁਰੂ ਘਰ ਦਾ ਪਵਿੱਤਰ ਉਪਦੇਸ਼ ਆ ਉਹ ਦੱਸਾਂਗੇ, ਫਿਰ ਦੇਣਾ ਕਰਾਂਗੇ ਗੁਰਸਿੱਖੀ ਗੁਰਦੀਖਿਆ। ਸੁਨਤ ਜਾਏ ਤੇ ਸਥਾਨ ਬਿਦਾਰਾ। ਸੁਣਦੀ ਦੇਰ ਸੀ ਗਏ ਜਾ ਕਰਕੇ ਇਹਨਾਂ ਨੇ
ਸਖੀ ਸਰਵਰ ਦਾ ਜੋ ਮੁਕਾਮ ਘਰ ਬਣਾਇਆ ਹੋਇਆ ਸੀ ਘਰ ਦੇ ਅੰਦਰ ਕਬਰ ਸਮੇਤ ਉਹ ਸਾਰਾ ਹੀ ਢਾ ਦਿੱਤਾ ਹੈ ਭਾਈ ਮੰਝ ਜੀ ਨੇ। ਗੁਰਡਿੱਗ ਆਏ ਪ੍ਰਸੰਗ ਉਚਾਰਿਆ, ਸਤਿਗੁਰੂ ਜੀ ਨੂੰ ਆ ਕੇ ਦੱਸਿਆ ਸੱਚੇ ਪਾਤਸ਼ਾਹ ਤੁਹਾਡਾ ਬਚਨ ਮੰਨ ਲਿਆ ਹੈ, ਸ੍ਰੀ ਮੁਖ ਤੇ ਸੇਵਾ ਫਰਮਾਈ। ਫਿਰ ਸਤਿਗੁਰੂ ਜੀ ਨੇ ਆਖਿਆ ਕਿ ਭਾਈ ਅਜੇ ਉਪਦੇਸ਼ ਗੁਰਦੀਖਿਆ ਗੁਰਮੰਤਰ ਅਜੇ ਨਹੀਂ ਮਿਲੇਗਾ, ਪਹਿਲਾਂ ਸੇਵਾ ਦੀ ਕਮਾਈ ਕਰੋ, ਗੁਰੂ ਘਰ ਦੇ ਵਿੱਚ ਪਹਿਲਾਂ ਸੇਵਾ ਕਰਕੇ ਆਪਣਾ ਹਿਰਦਾ ਸ਼ੁੱਧ ਕਰੋ, ਇਉਂ ਸੱਚੇ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਹੈ। ਮੰਝ ਵਹਿਰ ਤੇ ਇੰਧਣ ਲਿਆਈ, ਇਹ ਭਾਈ ਮੰਝ ਤੂੰ ਤਾਂ ਬਾਹਰੋਂ ਜੰਗਲ ਦੇ ਵਿੱਚੋਂ ਸੁੱਕਾ ਬਾਲਣ ਲਿਆਇਆ ਕਰ, ਤੂੰ ਚੁੱਲ੍ਹੇ ਝੋਕਣ ਪਰ ਰਹੋ, ਤੂੰ ਚੁੱਲ੍ਹਿਆਂ ਵਿੱਚ ਭਾਈ ਪ੍ਰਾਣੀ ਨੂੰ ਕਿਹਾ ਤੂੰ ਉਹ ਬਾਲਣ ਲਿਆਂਦਾ ਹੋਇਆ ਲੋਹਾਂ ਤੇ ਚੁੱਲ੍ਹਿਆਂ ਦੇ ਵਿੱਚ ਉਸ ਬਾਲਣ ਨੂੰ ਡਾਹ ਕੇ ਅੱਗ ਬਾਲਣ ਦੀ ਸੇਵਾ ਕਰਨੀ। ਬਾਅਦ ਵਿੱਚ ਭਾਈ ਪ੍ਰਾਣਾ ਜੀ ਫਿਰ ਸੁੱਕਾ ਬਾਲਣ ਵੀ ਲਿਆਉਂਦੇ ਰਹੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ। ਇਹ ਸੇਵਾ ਬਾਲਣ ਲਿਆਉਣ ਦੀ ਵੀ ਭਾਈ ਪ੍ਰਾਣਾ ਜੀ ਨੇ ਨਿਭਾਉਣਾ ਕੀਤੀ ਹੈ, ਪਰ ਹੁਣ ਆਗਿਆ ਕੀਤੀ ਹੈ ਕਿ ਭਾਈ ਮੰਝ ਤੁਸੀਂ ਦੋਨੇ ਇਕੱਠੇ ਆਇਓ, ਦੋਨਾਂ ਦੀ ਸੇਵਾ ਹੈ। ਭਾਈ ਮੰਝ ਸੁੱਕਾ ਬਾਲਣ ਲਿਆਵੇਗਾ, ਤੂੰ ਚੁੱਲ੍ਹਿਆਂ ਵਿੱਚ ਬਾਲਣ ਨੂੰ ਝੋਕਣ ਦੀ ਬਾਲਣ ਡਾਉਣ ਦੀ ਸੇਵਾ ਕਰੇਗਾ। ਇਹ ਸਿੱਖਣ ਕੀ ਸੇਵਾ ਲਹੋ, ਗੁਰਸਿੱਖ ਸੰਗਤਾਂ ਦੀ ਲੰਗਰ ਦੇ ਵਿੱਚ ਇਹ ਸੇਵਾ ਤੁਹਾਨੂੰ ਦਿੱਤੀ ਜਾਂਦੀ ਹੈ, ਸੇਵਾ ਲੈਣਾ ਕਰੋ, ਇਹ ਸੇਵਾ ਨੂੰ ਤੁਸੀਂ ਪ੍ਰਾਪਤ ਕਰੋ। ਅੰਤਕਰਨ ਸ਼ੁੱਧ ਹੋਏ ਜਬ, ਸੇਵਾ ਕਰਦਿਆਂ ਮਨ ਜਦੋਂ ਸ਼ੁੱਧ ਹੋ ਗਿਆ, ਐਨ ਨਿਰਮਲ ਹੋ ਗਿਆ, ਮਨ ਦੀਆਂ ਮੈਲਾਂ ਦੂਰ ਹੋ ਗਈਆਂ, ਸੇਵਾ ਕਰਨ ਨਾਲ ਹੋ ਜਾਂਦੀਆਂ ਹਨ। ਹਮ ਉਪਦੇਸ਼ ਬਤਾਵਹਿ ਤਬ, ਉਦੋਂ ਅਸੀਂ ਉਪਦੇਸ਼ ਦਿਆਂਗੇ ਗੁਰੂ ਘਰ ਦਾ। ਮਨ ਸ਼ੁੱਧ ਦੀ ਨਿਸ਼ਾਨੀ ਕੀ ਹੈ? ਮਨ ਵਿੱਚੋਂ ਮਾੜੇ ਫੁਰਨੇ ਆਉਣੋਂ ਹਟਣ ਲੱਗ ਜਾਣ, ਮਨ ਵਿੱਚ ਪਾਪਾਂ ਦੀ ਮੈਲ ਨਾ ਆਵੇ, ਮਨ ਟਿਕਣ ਲੱਗ ਜਾਏ। ਇਉਂ ਅੰਤਕਰਨ ਜਦੋਂ ਸ਼ੁੱਧ ਹੋ ਗਿਆ ਨਿਸ਼ਕਾਮ ਸੇਵਾ ਕਰਦਿਆਂ ਕਰਦਿਆਂ, ਫਿਰ ਅਸੀਂ ਉਪਦੇਸ਼ ਦੱਸਾਂਗੇ ਦਿਆਂਗੇ। ਨਿਤ ਗੁਰ ਸ਼ਬਦ ਸੁਣੋ ਮਨ ਲਾਏ, ਦੂਜੀ ਆਗਿਆ ਇਹ ਹੈ ਨਿਤਾ ਪ੍ਰਤੀ ਸੰਗਤ ਵਿੱਚ ਆ ਕੇ ਗੁਰ ਸ਼ਬਦ ਵਿੱਚ ਮਨ ਨੂੰ ਲਾ ਕੇ ਜੋੜ ਕੇ ਦੀਵਾਨ ਵਿੱਚ ਹਾਜ਼ਰੀ ਭਰਨੀ ਹੈ। ਕਥਾ ਕੀਰਤਨ ਹੋਏ ਜਿਸ ਥਾਏ, ਜਿੱਥੇ ਕੀਰਤਨ ਕਥਾ ਹੋਵੇ ਉੱਥੇ ਦੀਵਾਨ ਵਿੱਚ ਆ ਕੇ ਗੁਰ ਸ਼ਬਦ ਦਾ ਕੀਰਤਨ ਕਥਾ ਸੁਣਨੀ ਹੈ, ਔਰ ਨਾਲ ਨਾਲ ਤੁਸੀਂ ਸੇਵਾ ਵੀ ਕਰਨੀ ਹੈ ਦੀਵਾਨਾਂ ਦੇ ਅੰਦਰ। ਸਿੱਖਣ ਝੂਠੇ ਬਸਨ ਜੋਏ, ਜਦੋਂ ਸੰਗਤਾਂ ਲੰਗਰ ਛਕਣ, ਲੰਗਰ ਛਕਣ ਤੋਂ ਬਾਅਦ ਜਿਹੜੇ ਸੰਗਤਾਂ ਦੇ ਝੂਠੇ ਬਰਤਨ ਹੋਣ ਸਾਰੇ, ਕਰੋ ਬਖਾਰਨ ਮਾਂਜਨ ਸੋਏ, ਉਹਨਾਂ ਬਰਤਨਾਂ ਦੀ ਝੂਠ ਧੋ ਕੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਣਾ ਹੈ। ਪਹਿਲਾਂ ਝੂਠ ਲਾਉਣੀ, ਫਿਰ ਬਰਤਨ ਮਾਂਜਣੇ, ਇਹ ਗੁਰੂ ਘਰ ਦੀ ਲੰਗਰ ਦੀ ਮਰਿਆਦਾ ਹੈ। ਇਸ ਕਰਕੇ ਪਹਿਲਾਂ ਝੂਠ ਲਾ ਕੇ ਬਰਤਨ ਧੋਣੇ ਆ, ਝੂਠ ਧੋਣੀ ਚੰਗੀ ਤਰ੍ਹਾਂ, ਫਿਰ ਬਰਤਨਾਂ ਨੂੰ ਮਾਂਜਣਾ ਹੈ। ਸੁਣ ਕਰ ਸੇਵ ਲੱਗੇ ਹਰ ਖਾਏ, ਸੇਵਾ ਦਾ ਹੁਕਮ ਸੁਣ ਕੇ ਬੜੇ ਪ੍ਰਸੰਨ ਹੋ ਕੇ ਸੇਵਾ ਵਿੱਚ ਲੱਗ ਗਏ। ਸੇਵਾ ਵਿੱਚ ਲੱਕ ਬੰਨ ਕੇ ਗੁਰੂ ਕੇ ਸਿੱਖ ਜੁੜ ਪਏ ਹਨ। ਚਿਰਕਾਲ ਗੁਰ ਸੰਗਤ ਪਾਏ, ਬੜਾ ਲੰਮਾ ਸਮਾਂ ਗੁਰੂ ਮਹਾਰਾਜ ਜੀ ਦੀ ਸੰਗਤ ਇਹਨਾਂ ਨੂੰ ਪ੍ਰਾਪਤ ਹੋਈ ਦੋਨਾਂ ਨੂੰ। ਸਿੱਧ ਵਿਸਾਲਾ, ਭਾਈ ਪ੍ਰਾਣਾ ਜੀ ਬੜੇ ਵੱਡੇ ਸਿੱਧ ਮਹਾਂਪੁਰਖ ਬਣੇ। ਸਿੱਧ ਉਹ ਹੁੰਦਾ ਜਿਹੜਾ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦੇਵੇ। ਇੱਥੇ ਸਿੱਧ ਤੋਂ ਭਾਵ ਪੂਰਨ ਬ੍ਰਹਮ ਗਿਆਨ,
ਭਾਈ ਪ੍ਰਾਣਾ ਜੀ ਨੂੰ ਸੇਵਾ ਕਰਦਿਆਂ ਪ੍ਰਾਪਤ ਹੋਇਆ। ਬ੍ਰਹਮ ਗਿਆਨ ਲਹਿ ਸਦਾ ਸੁਖਾਲਾ। ਬ੍ਰਹਮ ਗਿਆਨ ਲਹਿ ਸਦਾ ਸੁਖਾਲਾ। ਐਸਾ ਬ੍ਰਹਮ ਗਿਆਨ ਜਿਹੜਾ ਹੈ ਜਿਸ ਨੂੰ ਪ੍ਰਾਪਤ ਕਰਨਾ ਬੜਾ ਕਠਿਨ ਹੈ, ਉਹ ਸੇਵਾ ਅਤੇ ਨਾਮ ਜਪ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਸੌਖਾ ਹੀ ਪ੍ਰਾਪਤ ਹੋ ਗਿਆ ਇਹਨਾਂ ਨੂੰ। ਜਿਹੜਾ ਲੋਕ ਪ੍ਰਲੋਕ ਵਿੱਚ ਸੁਖੀ ਕਰਨ ਵਾਲੀ ਸਭ ਤੋਂ ਵੱਡੀ ਅਮੋਲਕ ਦਾਤ ਹੈ, ਉਹ ਬ੍ਰਹਮ ਗਿਆਨ ਦੀ ਦਾਤ ਲੋਕ ਪ੍ਰਲੋਕ ਦੇ ਵਿੱਚ ਸੁਖੀ ਕਰਨ ਵਾਲੀ ਪ੍ਰਾਪਤ ਹੋਈ। ਅੰਤ ਪਰਯੰਤ ਰਹਿਓ ਗੁਰ ਤੀਰ। ਅਖੀਰਲੇ ਸਵਾਸ ਤੱਕ ਸਤਿਗੁਰਾਂ ਦੀ ਸੇਵਾ ਵਿੱਚ ਹੀ ਰਹੇ ਭਾਈ ਪ੍ਰਾਣਾ ਜੀ। ਸੇਵੇ ਸ੍ਰੀ ਹਰਗੋਬਿੰਦ ਧੀਰ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਵੀ ਧੀਰਜ ਧਾਰ ਕੇ ਸੇਵਾ ਕਰਦੇ ਰਹੇ ਭਾਈ ਪ੍ਰਾਣਾ ਜੀ। ਕਥਾ ਮੰਝ ਕੀ ਅਪਰ ਸਥਾਨ। ਭਾਈ ਮੰਝ ਜੀ ਦੀ ਕਥਾ ਅੱਗੇ ਆਉਂਦੀ ਹੈ, ਉਸ ਦਾ ਸਾਰਾ ਜ਼ਿਕਰ ਵਿਸਥਾਰ ਪੂਰਵਕ ਗੁਰ ਇਤਿਹਾਸ ਵਿੱਚ ਦਿੱਤਾ ਹੋਇਆ ਹੈ। ਵਰਣਨ ਕਰੀ ਸੁਣੋ ਸਿੱਖ ਕਾਨ। ਉੱਥੋਂ ਗੁਰੂ ਕੇ ਸਿੱਖ ਸੁਣ ਕੇ ਹੋਰ ਵੀ ਭਾਈ ਮੰਝ ਦੀ ਘਾਲਣਾ ਜਿਹੜੀ ਹੈ ਉਸ ਤੋਂ ਗਿਆਨ ਪ੍ਰਾਪਤ ਕਰ ਸਕਦੇ ਹਨ। ਐਸੀ ਜੋ ਮਹਾਨ ਬਖਸ਼ਿਸ਼ ਇਹਨਾਂ ਗੁਰੂ ਕੇ ਸਿੱਖਾਂ ਉੱਤੇ ਹੋਈ ਹੈ ਮੇਰੇ ਸੱਚੇ ਪਾਤਸ਼ਾਹ ਜੀ ਦੀ। ਹਮਜਾ ਜੱਜਾ ਮਿਲ ਜੁਗ ਭਰਾਤ। ਸਾਧ ਸੰਗਤ ਜੀ, ਹੁਣ ਅਗਲਾ ਪ੍ਰਸੰਗ ਸ਼ੁਰੂ ਹੋਇਆ। ਇੱਕ ਭਾਈ ਹਮਜਾ ਹੈ, ਦੂਜਾ ਭਾਈ ਜੱਜਾ, ਇਹ ਦੋ ਭਰਾ ਹਨ। ਇਹਨਾਂ ਦੀ ਵੰਸ਼, ਇਹਨਾਂ ਦਾ ਪਰਿਵਾਰ ਸਾਧ ਸੰਗਤ ਜੀ ਅੱਜ ਤੱਕ ਵੀ ਹੈ ਦੁਆਬੇ ਵਿੱਚ, ਨਗਰ ਸੂਸਾਂ, ਜਿੱਥੇ ਧੰਨ ਮਹਾਂਪੁਰਖ ਬਾਬਾ ਜਵਾਹਰ ਦਾਸ ਜੀ ਹੋਏ। ਪਿੱਛੇ ਲੱਖਾਂ ਦਾ ਹੀ ਸੰਗਤਾਂ ਨੇ ਉੱਥੇ ਜੋੜ ਮੇਲਾ ਮਨਾਇਆ। ਉਹਨਾਂ ਦੇ ਵੱਲੋਂ ਸਥਾਪਿਤ ਕੀਤਾ ਹੋਇਆ ਨਿਸ਼ਾਨ ਸਾਹਿਬ ਦੀ 100 ਸਾਲਾ ਸ਼ਤਾਬਦੀ, ਉੱਥੇ ਨੇੜੇ ਹੀ ਇੱਟਾ ਬੱਧੀ ਨਗਰ ਹੈ ਸਾਧ ਸੰਗਤ ਜੀ। ਉਸ ਇੱਟਾ ਬੱਧੀ ਨਗਰ ਵਿੱਚ ਪਾਕਿਸਤਾਨ ਤੋਂ ਆ ਕੇ ਉਹ ਪਰਿਵਾਰ ਹੁਣ ਰਹਿ ਰਿਹਾ, ਔਰ ਅੱਜ ਵੀ ਉਹਨਾਂ ਦੇ ਬਜ਼ੁਰਗ ਗੁਰਸਿੱਖ ਬਾਣੀ ਪੜ੍ਹਨ ਵਾਲੇ ਹਨ। ਮੈਂ ਦਰਸ਼ਨ ਕੀਤੇ ਹੈ, ਔਰ ਉਹਨਾਂ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੀ ਸੰਗਤ ਔਰ ਉਹਨਾਂ ਦੇ ਦਰਸ਼ਨ ਕੀਤੇ ਹੈ। ਬੜੇ ਗੁਰਮੁਖ ਆਤਮਾ ਹਨ, ਉਹ ਆਪ ਬਜ਼ੁਰਗ ਗੁਰੂ ਕੇ ਸਿੱਖ ਹਨ। ਉਹਨਾਂ ਨੇ ਦੱਸਿਆ ਕਿ ਅਸੀਂ ਭਾਈ ਹਮਜੇ ਦੇ ਪਰਿਵਾਰ ਵਿੱਚੋਂ ਹਾਂ। ਸੋ ਸਾਧ ਸੰਗਤ ਜੀ, ਐਸੇ ਐਸੇ ਗੁਰਸਿੱਖ ਪਰਿਵਾਰ ਪੀੜ੍ਹੀਆਂ ਤੋਂ ਲੈ ਕੇ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਦੀ ਜਿਨ੍ਹਾਂ ਨੇ ਸਿੱਖੀ ਕਮਾਈ ਸਤਿਗੁਰਾਂ ਦੇ ਸਮੇਂ ਤੋਂ। ਇਸ ਕਰਕੇ ਇੱਥੇ ਵੀ ਜ਼ਿਕਰ ਆ ਰਿਹਾ ਹਮਜਾ ਜੱਜਾ ਮਿਲ ਜੁਗ ਭਰਾ। ਭਾਈ ਹਮਜਾ ਔਰ ਭਾਈ ਜੱਜਾ ਦੋਨੋਂ ਹੀ ਭਰਾ ਮਿਲ ਕਰਕੇ ਬਾਲਾ ਮਰਵਾਹਾ ਵਖਿਆ। ਤੀਜਾ ਭਾਈ ਬਾਲਾ ਹੈ, ਮਰਵਾਹਾ ਜਾਤੀ ਵਿੱਚੋਂ ਹੈ ਪ੍ਰਸਿੱਧ। ਅਪਰ ਓਹਰੀ ਨਾਨੋ ਆਇਓ। ਔਰ ਚੌਥਾ ਭਾਈ ਨਾਨੋ ਓਹਰੀ ਜਾਤੀ ਹੈ, ਖੱਤਰੀਆਂ ਦੀ। ਓਹਰੀ ਬਟਾਲੇ ਦੇ ਵਿੱਚ ਵੀ ਬਹੁਤ ਹਨ, ਇਸ ਕਰਕੇ ਓਹਰੀਆਂ ਵਿੱਚੋਂ ਭਾਈ ਨਾਨੋ ਜੀ ਵੀ ਆਏ ਹੈ। ਸੂਰੀ ਹੁਤੋ ਚੌਧਰੀ ਗਾਇਓ। ਇਹ ਸੂਰੀ ਜਾਤੀ ਵੀ ਖੱਤਰੀਆਂ ਦੀ ਹੈ ਸਾਰੇ, ਔਰ ਚੌਧਰੀ ਇਹ ਨਗਰ ਦੇ ਸਨ ਆਪੋ ਆਪਣੇ ਨਗਰਾਂ ਵਿੱਚ। ਸ੍ਰੀ ਅਰਜਨ ਕੇ ਪਹੁੰਚੇ ਪਾਸ। ਇਹ ਸਾਰੇ ਸਿੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ
ਪਾਵਨ ਹਜ਼ੂਰੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਐ। ਵੰਦਨ ਕਰ ਭਾਖੀ ਅਰਦਾਸ, ਸਤਿਗੁਰਾਂ ਨੂੰ ਮੱਥਾ ਟੇਕ ਕੇ ਇਹਨਾਂ ਨੇ ਵੀ ਅਰਦਾਸ ਕੀਤੀ, ਬੇਨਤੀ ਕੀਤੀ ਹੈ ਚਰਨਾਂ ਵਿੱਚ। ਗੁਰੂ ਗਰੀਬ ਨਿਵਾਜ ਮਹਾਨ, ਗਰੀਬਾਂ ਨੂੰ ਨਿਵਾਜਣ ਵਾਲੇ ਮਹਾਨ ਸਤਿਗੁਰੂ ਜੀ, ਬੀਚ ਪੁਰਾਣ ਸੁਣਿਓ ਹਮ ਕੰਨ, ਪੁਰਾਣਾਂ ਦੀ ਕਥਾ ਅਸੀਂ ਸੁਣੀ ਹੈ ਆਪਣੇ ਕੰਨਾਂ ਵਿੱਚ। ਕਈ ਵਾਰੀ ਜਾਈਦਾ ਵੱਡੇ ਵੱਡੇ ਵਿਦਵਾਨਾਂ ਤੋਂ ਪੰਡਤਾਂ ਤੋਂ, ਅਸੀਂ ਪੁਰਾਣਾਂ ਦੀ ਕਥਾ ਵੀ ਸੁਣਦੇ ਹਾਂ ਤੇ ਸੁਣਿਆ ਵੀ ਹੈ। ਕਾਂਸ਼ੀ ਕੇਰ ਮਹਾਤਮ ਭਾਰੇ, ਕਾਂਸ਼ੀ ਜਿਹੜੀ ਹੈ ਧਰਤੀ ਜਿੱਥੇ ਕਾਂਸ਼ੀ ਬੜਾ ਭਾਰੀ ਤੀਰਥ ਹੈ ਭਗਵਾਨ ਸ਼ੰਕਰ ਜੀ ਦਾ, ਉਸ ਦਾ ਬੜਾ ਭਾਰੀ ਮਹਾਤਮ ਲਿਖਿਆ ਹੋਇਆ ਹੈ। ਮਰੇ ਤਾਂ ਮੁਕਤੀ ਲੈ ਸਾਰੇ, ਸੁਰਤੀ ਆਉਂਦੀ ਹੈ ਕਾਂਸ਼ੀ ਮਰਨਾਤ ਮੋਕਸ਼ੰ, ਕਹਿੰਦੇ ਜਿਹੜਾ ਕਾਂਸ਼ੀ ਵਿੱਚ ਮਰਦਾ ਉਹਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਇੱਥੇ ਵੀ ਜ਼ਿਕਰ ਆ ਗਿਆ ਕਿ ਕਾਂਸ਼ੀ ਵਿੱਚ ਜਿਹੜਾ ਮਰਦਾ, ਇਹ ਅਸੀਂ ਪੁਰਾਣਾਂ ਵਿੱਚ ਸੁਣਿਆ ਵੀ ਉਹਨੂੰ ਮੁਕਤੀ ਮਿਲ ਜਾਂਦੀ ਹੈ। ਸਾਧ ਸੰਗਤ ਜੀ, ਕਾਂਸ਼ੀ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਪਾਵਨ ਚਰਨ ਪਾਏ ਹੈ। ਜਿਹੜਾ ਵੱਡਾ ਮੰਦਿਰ ਹੈ ਉਹਦੇ ਨੇੜੇ ਹੀ ਗੁਰਦੁਆਰਾ ਵੱਡਾ ਗੁਰੂ ਕਾ ਬਾਗ ਸਾਹਿਬ ਹੈ, ਔਰ ਮੰਦਿਰ ਦੇ ਬਿਲਕੁਲ ਨੇੜੇ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰ ਦਸਮ ਪਾਤਸ਼ਾਹ ਜੀ ਦਾ, ਬਾਲ ਅਵਸਥਾ ਵਿੱਚ ਦਸਮ ਪਾਤਸ਼ਾਹ ਜੀ ਵੀ ਔਰ ਨੌਵੇਂ ਪਾਤਸ਼ਾਹ ਲਗਭਗ ਉੱਥੇ 6 ਮਹੀਨੇ ਰਹੇ। ਕਿਉਂ ਸਾਡੇ ਉੱਥੇ ਦੋ ਵੱਡੇ ਗੁਰ ਇਤਿਹਾਸਕ ਅਸਥਾਨ ਹਨ, ਵੱਡਾ ਗੁਰੂ ਕਾ ਬਾਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਔਰ ਦੂਸਰਾ ਗੁਰੂ ਕਾ ਬਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰ ਦਸਮ ਪਾਤਸ਼ਾਹ ਜੀ ਦਾ ਅਸਥਾਨ ਹੈ। ਸਾਧ ਸੰਗਤ ਜੀ, ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ ਸੀ, ਦੁਨੀਆ ਬੜੀ ਗੰਗਾ ਤੇ ਨਹਾਉਣ ਤੁਰੀ ਜਾਵੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਵੀ ਚੱਲੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਮਹਾਰਾਜ ਕਹਿਣ ਲੱਗੇ, ਭਾਈ ਇੱਥੇ ਗੰਗਾ ਪ੍ਰਗਟ ਹੋ ਜਾਏਗੀ, ਸਾਨੂੰ ਜਾਣ ਦੀ ਲੋੜ ਨਹੀਂ। ਸਿੱਖਾਂ ਨੇ ਪੁੱਛਿਆ ਕਿਵੇਂ ਪ੍ਰਗਟ ਹੋਏਗੀ, ਕਹਿਣ ਲੱਗੇ ਭਾਈ ਵਾਹਿਗੁਰੂ ਕਹਿ ਕੇ ਆ ਸਿਲ ਚੱਕੋ ਧਰਤੀ ਤੋਂ। ਜਦੋਂ ਚੱਕੀ ਥੱਲਿਓ ਸਾਧ ਸੰਗਤ ਜੀ, ਫੁਹਾਰਾ ਜਲਦਾ ਫੁੱਟਿਆ। ਮਹਾਰਾਜ ਕਹਿੰਦੇ ਇੱਥੇ ਗੰਗਾ ਆਪ ਚੱਲ ਕੇ ਆ ਗਈ, ਕਰ ਲਓ ਇਸ਼ਨਾਨ, ਤੁਹਾਡਾ ਫੁਰਨਾ ਪੂਰਾ ਕਰ ਰਹੇ ਹਾਂ। ਉੱਥੇ ਅੱਜ ਵੀ ਦਰਬਾਰ ਸਾਹਿਬ ਦੇ ਅੰਦਰ ਉਹ ਖੂਹੀ ਦੇ ਰੂਪ ਵਿੱਚ ਸੰਗਤਾਂ ਨੇ ਸਤਿਗੁਰੂ ਜੀ ਦੇ ਹੁਕਮਾਂ ਵਿੱਚ ਉਹ ਖੂਹੀ ਦੇ ਰੂਪ ਵਿੱਚ ਉਹ ਇਤਿਹਾਸਕ ਨਿਸ਼ਾਨੀ ਸਾਂਭ ਕੇ ਰੱਖੀ ਹੈ। ਉੱਥੇ ਹੁਕਮਨਾਮੇ ਵੀ ਪਏ ਹੈ, ਦਸਮ ਪਿਤਾ ਜੀ ਦਾ ਬਾਲ ਅਵਸਥਾ ਦਾ ਜੋੜਾ ਵੀ ਹੈ, ਨੌਵੇਂ ਪਾਤਸ਼ਾਹ ਜੀ ਦੇ ਵੀ ਜੋੜਿਆਂ ਦੇ ਥੱਲੇ ਵਾਲੇ ਤਲੇ ਹੈ, ਹੋਰ ਵੀ ਇਤਿਹਾਸਕ ਨਿਸ਼ਾਨੀਆਂ ਸਤਿਗੁਰੂ ਜੀ ਦੀਆਂ ਉੱਥੇ ਹਨ। ਸੋ ਇਉਂ ਸੱਚੇ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ ਹੈ। ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਡ ਸਬਗਲ ਸਮਾਧੰਗ, ਇਹ ਸਹਿਸ ਕਿਰਤੀ ਪਹਿਲੇ ਪਾਤਸ਼ਾਹ ਜੀ ਨੇ ਉੱਥੇ ਹੀ ਕਾਂਸ਼ੀ ਵਿੱਚ ਉਚਾਰਨ ਕੀਤੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਸੋ ਕਾਂਸ਼ੀ ਦੇ ਵਿੱਚ ਕਹਿਣ ਲੱਗੇ ਅਸੀਂ ਬੜਾ ਭਾਰੀ ਮਹਾਤਮ ਸੁਣਿਆ ਹੈ ਉੱਥੋਂ ਦਾ। ਮਰੇ ਤਾਂ ਮੁਕਤੀ ਲੈ ਸਾਰੇ, ਜਿਹੜਾ ਵੀ ਕੋਈ ਮਰਦਾ ਕਹਿੰਦੇ ਉਹ ਮੁਕਤੀ ਨੂੰ ਲੈ ਲੈਂਦਾ ਹੈ। ਸ਼ਿਵ ਕੇ ਨਿਕਟ ਵਾਸ ਕੋ ਪਾਵੇ, ਸ਼ਿਵ ਜੀ ਦੇ ਨੇੜੇ ਉਹਨੂੰ ਵਾਸਾ ਪ੍ਰਾਪਤ ਹੁੰਦਾ ਹੈ ਸ਼ਿਵ ਲੋਕ ਦਾ, ਸ਼ਿਵ ਜੀ ਦੇ ਚਰਨਾਂ ਵਿੱਚ ਸ਼ੰਕਰ ਦੇ ਪਾਸ।
ਜਨਮ ਮਰਨ ਕੋ ਕਸ਼ਟ ਮਿਟਾਵੈ ਤੇ ਉਹਨਾਂ ਦੇ ਜੰਮਣ ਮਰਨ ਦੇ ਕਸ਼ਟ ਮਿਟ ਜਾਂਦੇ ਹਨ। ਆਪ ਸੁਦਾ ਸਰ ਮਹਿਮਾ ਭਾਖੀ ਪਰ ਮਹਾਰਾਜ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਕਹੀ ਹੈ ਕਿ ਸਭ ਤੋਂ ਵੱਡੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਾਨ ਮਹਿਮਾ ਹੈ। ਸ੍ਰੀ ਗ੍ਰੰਥ ਸਾਹਿਬ ਮਹਿਰਾਖੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਦਾ ਆਪ ਜੀ ਨੇ ਉਚਾਰਨ ਕੀਤੇ ਹਨ। ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ ਬਧੋ ਪੁਰਖ ਬੰਧਾਤਾ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ ਰਾਮਦਾਸ ਸਰੋਵਰ ਨਹਾਤੇ ਸਭ ਉਪਤਰੇ ਪਾਪ ਕਮਾਤੇ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਸਾਰਾ ਗੁਰਬਾਣੀ ਵਿੱਚ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਕਹੀ ਗਈ ਹੈ। ਆਪ ਜੀ ਨੇ ਅੰਮ੍ਰਿਤਸਰ ਸਾਹਿਬ ਜੀ ਦੀ ਜਿਹੜੀ ਮਹਿਮਾ ਨਾ ਉਹ ਗੁਰਬਾਣੀ ਵਿੱਚ ਵੀ ਸੁਭਾਇਮਾਨ ਕਰਕੇ ਰੱਖੀ ਹੈ ਸਿੱਖਾਂ ਨੂੰ ਦੱਸਣ ਵਾਸਤੇ। ਕਹੋ ਮਹਾਤਮ ਹੈ ਇਸ ਜੈਸੇ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਜੀ ਦਾ ਕੀ ਮਹਾਤਮ ਹੈ, ਕੀ ਮਹਿਮਾ ਹੈ, ਉੱਥੇ ਦਰਸ਼ਨ ਇਸ਼ਨਾਨ ਕਰਨ ਦਾ ਕੀ ਫਲ ਹੈ, ਆਪ ਕਿਰਪਾ ਕਰਕੇ ਦੱਸਣਾ ਕਰੋ। ਨਿਰਣੇ ਕਰੋ ਲਹਿ ਸਿੱਖ ਤੈਸੇ ਸਾਰੇ ਸਿੱਖਾਂ ਨੂੰ ਆਪ ਜੀ ਦਾ ਨਿਰਣਾ ਪਤਾ ਲੱਗ ਜਾਏ ਆਪ ਜੀ ਦੀ ਕੀ ਆਗਿਆ ਹੈ, ਸਾਰੇ ਇਸ ਗੱਲ ਦਾ ਗਿਆਨ ਪ੍ਰਾਪਤ ਕਰ ਲੈਣ। ਸ਼੍ਰੀ ਅਰਜਨ ਜੀ ਸੁਨਤ ਵਖਾਨਾ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸਿੱਖਾਂ ਦੀ ਬੇਨਤੀ ਸੁਣ ਕੇ ਹੁਕਮ ਕੀਤਾ ਆਗਿਆ ਕੀਤੀ ਹੈ। ਤੀਰਥ ਰਚਨ ਸੁਧਾ ਸਰ ਠਾਨਾ ਮਹਾਰਾਜ ਕਹਿੰਦੇ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਸੁਧਾ ਦਾ ਅਰਥ ਹੁੰਦਾ ਅੰਮ੍ਰਿਤ, ਅੰਮ੍ਰਿਤਸਰ ਸਾਹਿਬ ਜਿਹੜਾ ਅਸੀਂ ਤੀਰਥ ਰਚਿਆ ਹੈ ਨਾ ਇਹ ਮਹਾਨ ਗੁਰ ਤੀਰਥ ਦੀ ਜੋ ਸੇਵਾ ਕਰਵਾਈ ਹੈ। ਇਸ ਕੇ ਗਿਰਦੇ ਦਵਾਦਸ਼ ਕੋਸ਼ ਆਖੋ ਭਾਈ ਵਾਹਿਗੁਰੂ ਮਹਾਰਾਜ ਕਹਿੰਦੇ ਦੇ ਆਲੇ ਦੁਆਲੇ ਬਾਰਾਂ ਬਾਰਾਂ ਕੋਹਾਂ ਦੇ ਵਿੱਚ ਬਾਰਾਂ ਬਾਰਾਂ ਕੋਹ ਤੱਕ ਪਹਿਲਾਂ ਕੋਹ ਚੱਲਦੇ ਸਨ ਫਿਰ ਮੀਲ ਚੱਲੇ ਫਿਰ ਕਿਲੋਮੀਟਰ, ਇਸ ਕਰਕੇ ਕੋਹ ਮੀਲਾਂ ਨਾਲੋਂ ਵੀ ਵੱਡਾ ਹੁੰਦਾ ਸੀ। ਇਸ ਕਰਕੇ ਬਾਰਾਂ ਬਾਰਾਂ ਕੋਹ ਤੱਕ ਅੰਮ੍ਰਿਤਸਰ ਸਾਹਿਬ ਦੇ ਚਾਰ ਚੁਫੇਰੇ ਤੀਰਥ ਤਿੰਨ ਲੋਕ ਕੇ ਜੋ ਸੋ ਮਹਾਰਾਜ ਕਹਿੰਦੇ ਤਾਂ ਇਸ ਲੋਕ ਦੇ ਤੀਰਥ ਹੈ, ਕਾਂਸ਼ੀ ਹੈ, ਹਰਿਦੁਆਰ ਹੈ ਜਾਂ ਮਥੁਰਾ ਹੈ, ਪਰ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਬਾਰਾਂ ਬਾਰਾਂ ਕੋਹ ਵਿੱਚ ਤਿੰਨ ਲੋਕ ਦੇ ਤੀਰਥ ਜਿੰਨੇ ਵੀ ਹਨ। ਕਲਯੁਗ ਤੇ ਧਰ ਕਰ ਉਰ ਤਰਾਸ ਕਲਯੁਗ ਦਾ ਭਿਆਨਕ ਸਮਾਂ ਵੇਖ ਕੇ ਕਲਯੁਗ ਦੇ ਵਿੱਚ ਪਾਪ ਵੀ ਹੈ, ਕਲਯੁਗ ਦੇ ਜੀਵਾਂ ਦੀਆਂ ਆਤਮਾਵਾਂ ਵੀ ਪਾਪੀ ਹਨ। ਪਾਪੀ ਕੀ ਹੈ, ਨਾਸਤਕ ਪੁਣਾ, ਰੱਬ ਤੋਂ ਬੇਮੁਖ ਹੋ ਜਾਣਾ, ਰੱਬ ਦੀ ਵੀ ਹੋਂਦ ਨੂੰ ਮੰਨਣ ਤੋਂ ਇਨਕਾਰੀ, ਜਿਹੜਾ ਪਰਮਾਤਮਾ ਦੀ ਅਕਾਲ ਪੁਰਖ ਦੀ ਹੋਂਦ ਹਸਤੀ ਨੂੰ ਮੰਨਦਾ ਹੀ ਨਹੀਂ ਉਸ ਤੋਂ ਵੱਡਾ ਪਾਪੀ ਕੌਣ ਹੈ, ਕੋਈ ਵੀ ਉਹ ਤੋਂ ਵੱਡਾ ਪਾਪੀ ਨਹੀਂ। ਬ੍ਰਾਹਮਣ ਕੈਲੀ ਕਾਤ ਘਾਤ ਕੰਜ ਕਾਣ ਚਾਰੀ ਕਾ ਧਾਨ ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ। ਸੋ ਸਾਧ ਸੰਗਤ ਜੀ ਇਸ ਕਰਕੇ ਜਿਹੜੇ ਲੋਕ ਕਲਯੁਗ ਦੇ ਹਨ ਇਹਨਾਂ ਦੇ ਬਹੁਤ ਮਨ ਪਾਪਾਂ ਵਿੱਚ ਪ੍ਰਵਿਰਤ ਹਨ, ਪਰਮੇਸ਼ਰ ਦਾ ਖੌਫ ਡਰ ਭੈ ਨਹੀਂ ਲੋਕਾਂ ਵਿੱਚ ਰਹਿ ਗਿਆ। ਸਿੱਖਾਂ ਨੂੰ ਵੀ ਗਲਤ ਪਾਸੇ ਲਾਉਣ ਵੇਲੇ ਇਹੀ ਪ੍ਰਚਾਰ ਕਰਦੇ ਆ ਨਾ ਕਿ ਕੋਈ ਸ਼ਕਤੀਆਂ ਨਹੀਂ, ਕੋਈ ਕਿਸੇ ਤਰ੍ਹਾਂ ਦਾ ਕੋਈ ਤੁਹਾਡਾ ਦੁੱਖ ਨਹੀਂ ਦੂਰ ਕਰ ਸਕਦਾ, ਆਹ ਨਹੀਂ ਹੋ ਸਕਦਾ, ਵਾਹ ਨਹੀਂ ਹੋ ਸਕਦਾ। ਇਸ ਕਰਕੇ ਰੱਬ ਦੀ ਜਿਹੜੀ ਸ਼ਕਤੀ ਦੀ ਹੋਂਦ ਮਿਥੀ ਗਈ ਹੈ, ਕੇਵਲ ਕਲਪੀ ਗਈ ਹੈ,
ਕਲਪਨਾ ਹੀ ਹੈ, ਕਹਿੰਦੇ ਵਾਸਤਵ ਦੇ ਵਿੱਚ ਕੁਝ ਵੀ ਨਹੀਂ ਹੈ। ਇਸ ਕਰਕੇ ਕਹਿੰਦੇ ਕਲਯੁਗ ਤੋਂ ਡਰਦੇ ਹੋਏ, ਕਲਯੁਗੀ ਜੀਵਾਂ ਤੋਂ ਡਰਦੇ ਹੋਏ, ਮਨ ਵਿੱਚ ਭੈ ਧਾਰ ਕੇ ਸਗਰੇ ਆਵਹਿ ਕਰਹਿ ਨਿਵਾਸ। ਸਾਰੇ ਤੀਰਥ ਅੰਮ੍ਰਿਤਸਰ ਸਾਹਿਬ ਆ ਕੇ ਨਿਵਾਸ ਕਰ ਰਹੇ ਆ ਮਹਾਰਾਜ, ਕਹਿੰਦੇ ਐਡਾ ਵੱਡਾ ਫਲ ਦੱਸ ਰਹੇ ਹਨ। ਸਭ ਕੋ ਫਲ ਇਸ ਥਲ ਤੇ ਹੋਏ। ਮਹਾਰਾਜ ਕਹਿੰਦੇ ਜਿਹੜਾ ਉਹਨਾਂ ਤੀਰਥਾਂ ਤੇ ਜਾ ਕੇ ਫਲ ਦੀ ਨਾ ਪ੍ਰਾਪਤ ਹੁੰਦਾ, ਜਿਹੜਾ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਏਗਾ, ਦਰਸ਼ਨ ਕਰੇਗਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਹਨੂੰ 68 ਤੀਰਥਾਂ ਦਾ ਔਰ ਤਿੰਨੇ ਲੋਕਾਂ ਦੇ ਤੀਰਥਾਂ ਤੇ ਜਾਣ ਤੋਂ ਵੀ ਅਧਿਕ ਫਲ ਪ੍ਰਾਪਤ ਹੋਏਗਾ। ਐਡਾ ਵੱਡਾ ਫਲ ਹੈ, ਸਾਡੇ ਵਾਲੇ ਤਾਂ ਅੰਮ੍ਰਿਤਸਰ ਸਾਹਿਬ ਨੂੰ ਵੀ ਨਿੰਦੀ ਜਾਂਦੇ ਆ, ਹਟਦੇ ਹੀ ਨਹੀਂ, ਹਟਦੇ ਹੀ ਨਹੀਂ, ਕੋਈ ਕੁਝ ਬੋਲੀ ਜਾਂਦਾ, ਕੋਈ ਕੁਝ ਬੋਲੀ ਜਾਂਦਾ, ਕੋਈ ਡਰ ਭੈ ਨਹੀਂ ਸਤਿਗੁਰਾਂ ਦਾ ਮਨ ਦੇ ਵਿੱਚ। ਸੋ ਸਾਧ ਸੰਗਤ ਜੀ, ਇਸ ਕਰਕੇ ਮਹਾਰਾਜ ਕਹਿੰਦੇ ਸਾਰਿਆਂ ਤੀਰਥਾਂ ਦਾ ਫਲ, ਜਿਹੜਾ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰ ਲਿਆ ਉਹਨੇ ਤਿੰਨੇ ਲੋਕਾਂ ਦੇ ਤੀਰਥਾਂ ਦਾ ਇਸ਼ਨਾਨ ਕਰ ਲਿਆ, ਜਿਹਨੇ ਅੰਮ੍ਰਿਤਸਰ ਸਾਹਿਬ ਦਰਸ਼ਨ ਕਰ ਲਏ, ਯਾਤਰਾ ਕਰ ਲਈ, ਉਹਨੇ ਤਿੰਨਾਂ ਲੋਕਾਂ ਦੇ ਤੀਰਥਾਂ ਦੀ ਯਾਤਰਾ ਕਰ ਲਈ ਹੈ। ਬਸ ਕਰੈ ਇਹ ਠਾਂ ਨਰ ਜੋਏ। ਮਹਾਰਾਜ ਕਹਿੰਦੇ ਇਸ ਥਾਂ ਤੇ ਜਿਹੜਾ ਆ ਕੇ ਵਸੇਗਾ, ਇੱਥੇ ਰਹੇਗਾ, ਉਸ ਨੂੰ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਔਰ ਯਾਤਰਾ ਕਰਨ ਦਾ ਫਲ ਪ੍ਰਾਪਤ ਹੋਏਗਾ। ਬੀਚ ਬਣਿਓ ਸੁੰਦਰ ਹਰ ਮੰਦਰ। ਜਿਹੜਾ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਾਇਆ ਗਿਆ ਹੈ, ਇਸ ਦਿਨ ਸਤਨਾਮ ਜਿਸ ਅੰਦਰ, ਜਿਸ ਅੰਦਰ ਹੱਠੇ ਪੈਰ ਵਾਹਿਗੁਰੂ ਦੇ ਨਾਮ ਦਾ ਪ੍ਰਵਾਹ ਚੱਲਦਾ ਹੈ, ਪਰਮੇਸ਼ਰ ਦੇ ਨਾਮ ਦਾ। ਸ੍ਰੀ ਗੁਰ ਕੀ ਬਾਣੀ ਸ਼ੁਭ ਰਹਿ। ਸਤਿਗੁਰਾਂ ਦੀ ਬਾਣੀ ਨੂੰ ਗੁਰਸਿੱਖ ਹੱਠੇ ਪੈਰ ਉਚਾਰਦੇ ਆ। ਹਰਿਮੰਦਰ ਸਾਹਿਬ ਇੱਕ ਐਸਾ ਮਹਾਨ ਗੁਰ ਤੀਰਥ ਹੈ ਸੰਸਾਰ ਦਾ, ਜਿੱਥੇ ਅੱਠੇ ਪਹਿਰ ਭਜਨ ਹੁੰਦਾ, ਕੀਰਤਨ ਹੋ ਰਿਹਾ, ਬਾਣੀ ਗੁਰਸਿੱਖ ਸੰਗਤਾਂ, ਤੁਸੀਂ ਵੇਖ ਲਓ 10 ਵਜੇ ਗੁਰੂ ਮਹਾਰਾਜ ਜੀ ਦਾ ਸੁਖਾਸਨ ਹੋ ਜਾਂਦਾ, ਉਸ ਤੋਂ ਬਾਅਦ ਸਾਫ਼ ਸਫਾਈ ਦੀ ਸੇਵਾ ਸ਼ੁਰੂ ਹੁੰਦੀ ਹੈ ਜਿਹਨੂੰ ਸੁੱਕੀ ਸੇਵਾ ਕਿਹਾ ਜਾਂਦਾ। ਸੰਗਤਾਂ ਉਦੋਂ ਉੱਥੇ ਗੱਲਾਂ ਬਾਤਾਂ ਨਹੀਂ ਕਰਦੀਆਂ, ਸਾਰੇ ਸਿੱਖ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਸੇਵਾ ਕਰਦੇ ਆ। ਤੁਸੀਂ ਕਦੇ ਵੀ ਜਾ ਕੇ ਦਰਸ਼ਨ ਕਰੋ। ਜਦੋਂ ਚੰਦੋਆ ਸਾਹਿਬ ਲੱਗ ਗਏ ਫਿਰ ਇਸ਼ਨਾਨ ਦੀ ਸੇਵਾ ਅਰਦਾਸ ਕਰਕੇ ਆਰੰਭ ਹੋਊਗੀ, ਉਦੋਂ ਵੀ ਸੰਗਤਾਂ ਨੇ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਇਸ਼ਨਾਨ ਕਰਾਉਣਾ। ਸਾਰੀ ਤਿਆਰੀ ਕਰਕੇ ਫਿਰ 3:15 ਵਜੇ ਕੀਰਤਨ ਫਿਰ ਆਰੰਭ ਹੋ ਜਾਣਾ ਔਰ ਉਤਲੀਆਂ ਮੰਜ਼ਲਾਂ ਵਿੱਚ ਅਖੰਡ ਪਾਠ ਸਾਹਿਬਾਂ ਦੇ ਅੱਠੇ ਪਹਿਰ ਪ੍ਰਵਾਹ ਚੱਲ ਰਹੇ, ਹਰ ਕੀ ਪੌੜੀ ਉੱਤੇ ਵੀ, ਗੁੰਬਜ ਵਿੱਚ ਵੀ, ਸੰਗਤਾਂ ਗੁਟਕੇ ਲੈ ਕੇ ਬੈਠੀਆਂ, ਕੋਈ ਗੁਰਮੁਖ ਮਾਲਾ ਲੈ ਕੇ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰ ਰਿਹਾ। ਅੱਠੇ ਪਹਿਰ ਭਜਨ ਹੋ ਰਿਹਾ ਹਰਿਮੰਦਰ ਸਾਹਿਬ ਜੀ ਦੇ ਅੰਦਰ, ਅੱਠੇ ਪਹਿਰ ਬਾਣੀ ਪੜ੍ਹੀ ਜਾ ਰਹੀ ਹੈ। ਜਿਸ ਮੈਂ ਨਾਮ ਮਹਾਤਮ ਧਰੈ। ਇਸ ਕਰਕੇ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਡਾ ਨਾਮ ਜਪਿਆ ਜਾ ਰਿਹਾ ਤੇ ਨਾਮ ਦਾ ਹੀ ਮਹਾਤਮ ਇੱਥੇ ਧਾਰਨ ਕੀਤਾ ਹੋਇਆ ਹੈ। ਨਾਮ ਰੋ ਨਾਮੀ ਭੇਦ ਨਾ ਕੋਈ। ਨਾਮ ਵਿੱਚ ਤੇ ਨਾਮੀ ਵਿੱਚ ਕੋਈ ਭੇਦ ਫਰਕ ਨਹੀਂ ਹੁੰਦਾ ਹੈ ਕਦੇ ਵੀ। ਜਾਂ ਤੇ ਬਾਸ ਪਰਮੇਸ਼ਰ ਹੋਈ। ਆਖੋ ਭਾਈ ਵਾਹਿਗੁਰੂ। ਇਸ ਕਰਕੇ ਹਰਿਮੰਦਰ ਸਾਹਿਬ ਵਿੱਚ ਪਰਮੇਸ਼ਰ ਦਾ ਅੱਠੇ ਪੈਰ ਨਿਵਾਸ ਹੈ।
ਇੱਥੇ ਵਾਹਿਗੁਰੂ ਪਰਮੇਸ਼ਰ ਜੀ ਦਾ ਅੱਠੇ ਪਹਿਰ ਉਹਨਾਂ ਦਾ ਪ੍ਰਕਾਸ਼ ਹੈ, ਉਹਨਾਂ ਦਾ ਨਿਵਾਸ ਅਸਥਾਨ ਹੈ। ਜਿਵ ਗੰਗਾ ਮੈਂ ਮੁਖ ਹਰ ਦੁਆਰ, ਜਿਵੇਂ ਗੰਗਾ ਵਿੱਚੋਂ ਸਭ ਤੋਂ ਮੁੱਖ ਹਰ ਦੁਆਰ ਨੂੰ ਮੰਨਿਆ ਕਿ ਹਰ ਦੁਆਰ ਉੱਤੇ ਗੰਗਾ ਦੀ ਵਿਸ਼ੇਸ਼ ਮਹਾਨਤਾ ਜਾਣੀ ਜਾਂਦੀ ਹੈ ਸਨਾਤਨ ਧਰਮ ਦੇ ਵਿੱਚ। ਤਿਮ ਹਰ ਪੌਰ ਇਹਾ ਨਿਰਧਾਰ, ਇੱਥੇ ਵੀ ਕਹਿੰਦੇ ਹਰ ਕੀ ਪੌੜੀ ਮਹਾਰਾ, ਕਹਿੰਦੇ ਅਸੀਂ ਬਣਾਈ ਹੈ ਜਿੱਥੋਂ ਆਪਾਂ ਚੋਲਾ ਲੈਂਦੇ ਹਾਂ ਸਾਰੇ ਗੁਰਸਿੱਖ, ਜਿੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾ, ਗੁਰੂ ਅਰਜਨ ਦੇਵ ਸਾਹਿਬ ਵੀ ਜਿੱਥੋਂ ਅੰਮ੍ਰਿਤ ਚੋਲੇ ਲੈਂਦੇ ਰਹੇ ਆਪ, ਜਿੱਥੇ ਇਸ਼ਨਾਨ ਸਤਿਗੁਰੂ ਜੀ ਕਰਦੇ ਰਹੇ, ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਤਿਗੁਰੂ ਜੀ ਦੇ ਬਚਨ ਬਲਾਸ ਹੋਏ। ਸਾਧ ਸੰਗਤ ਜੀ ਕਈ ਮਨਮਤੀਏ ਤਾਂ ਕਹੀ ਜਾਂਦੇ ਵੀ ਅਖੇ ਜੀ ਹਿੰਦੂਆਂ ਦੀ ਰੀਸ ਵਿੱਚ ਹਰ ਕੀ ਪੌੜੀ ਬਣਾਈ ਹੈ। ਇਹ ਗਲਤ ਗੱਲ ਹੈ ਸੰਗਤ ਜੀ, ਇਹ ਗਲਤ ਗੁੰਮਰਾਹ ਕੌਣ ਪ੍ਰਚਾਰ ਹੈ। ਹਰ ਸ਼ਬਦ ਦਾ ਅਰਥ ਪਰਮੇਸ਼ਰ ਦਾ ਵਾਚਕ ਹੈ, ਵਾਹਿਗੁਰੂ ਦਾ ਵਾਚਕ ਹੈ। ਪਹਿਲਾਂ ਆਦਿ ਕਾਲ ਤੋਂ ਹਰ ਸ਼ਬਦ ਵਿਸ਼ਨੂੰ ਜੀ ਤੋਂ ਲੈਂਦੇ ਆ, ਪਰ ਉਦੋਂ ਤਾਂ ਵਿਸ਼ਨੂੰ ਜੀ ਵੀ ਨਹੀਂ ਸੰਸਾਰ 'ਤੇ ਪੈਦਾ ਹੋਏ ਸੀ ਜਦੋਂ ਦਾ ਹਰ ਸ਼ਬਦ ਚੱਲਿਆ। ਰਾਮ ਸ਼ਬਦ ਵੀ ਸਤਿਯੁਗ ਤੋਂ ਪਹਿਲਾਂ ਦਾ ਪ੍ਰਵਿਰਤ ਹੈ। ਇਹ ਸਾਰੇ ਪਰਮੇਸ਼ਰ ਦੇ ਨਾਮ ਹੈ, ਵਾਹਿਗੁਰੂ ਦੇ ਨਾਮ ਹੈ। ਇਸ ਕਰਕੇ ਹਰ ਕੀ ਪੌੜੀ ਜਿਹੜੀ ਹੈ ਇਹ ਹਰੀ ਪਰਮੇਸ਼ਰ ਦਾ ਸਥਾਨ ਹੈ। ਸੋ ਇਸ ਕਰਕੇ ਕਦੇ ਵੀ ਸ਼ੰਕਾ ਨਹੀਂ ਕਰਨੀ, ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕਰ ਦਿੱਤੇ ਸਾਡਾ ਫਰਜ਼ ਹੈ ਗੁਰੂ ਕੀ ਆਗਿਆ ਮੰਨਣੀ। ਗੁਰਬਾਣੀ ਦਾ ਹੁਕਮ ਹੈ, ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸਿੱਖੋ, ਗੁਰੂ ਸਾਹਿਬ ਨੇ ਜੋ ਕਿਹਾ ਉਹਨੂੰ ਕਮਾਓ। ਗੁਰੂ ਦੀ ਬਰਾਬਰਤਾ ਨਾ ਕਦੇ ਵੀ ਕਰੋ, ਗੁਰੂ ਦੇ ਉਲਟ ਨਾ ਕਦੇ ਵੀ ਚੱਲੋ। ਜੇ ਗੁਰੂ ਸਾਹਿਬ ਅੰਮ੍ਰਿਤ ਚੋਲੇ ਲੈਂਦੇ ਰਹੇ ਸਾਡਾ ਵੀ ਫਰਜ਼ ਬਣਦਾ। ਕਦੇ ਕਿਸੇ ਗੁਰਸਿੱਖ ਨੇ, ਮਹਾਂਪੁਰਖ ਨੇ, ਵੱਡੇ ਵੱਡੇ ਸ਼ੂਰਬੀਰ ਯੋਧੇ, ਧੰਨ ਬਾਬਾ ਦੀਪ ਸਿੰਘ ਜੀ ਉੱਥੋਂ ਚੋਲੇ ਲੈਂਦੇ ਰਹੇ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਮਨੀ ਸਿੰਘ ਜੀ, ਉਹਨਾਂ ਨਾਲੋਂ ਵੱਡੇ ਤਾਂ ਨਹੀਂ, ਬਾਬਾ ਬੁੱਢਾ ਜੀ ਤੋਂ, ਭਾਈ ਗੁਰਦਾਸ ਜੀ ਤੋਂ, ਸਾਰੇ ਮਹਾਂਪੁਰਖ। ਔਰ ਅਸੀਂ ਅੱਖੀ ਵੇਖਿਆ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਆਪ ਉੱਥੋਂ ਚੋਲੇ ਲੈ ਕੇ ਛਕਦੇ ਰਹੇ, ਐਡੇ ਐਡੇ ਮਹਾਨ ਗੁਰਸਿੱਖ ਕਰਨੀਆਂ ਵਾਲੇ। ਸੋ ਭਾਈ ਹਰ ਕੀ ਪੌੜੀ, ਮਹਾਰਾਜ ਕਹਿੰਦੇ ਬਈ ਇੱਥੇ ਵੀ ਹਰ ਕੀ ਪੌੜੀ ਬਣਾਈ ਹੈ ਗੁਰਸਿੱਖਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਨਿਰਗੁਣ ਰੂਪ ਨਾਮ ਬ੍ਰਹਮ ਗਿਆਨ, ਜਿਹੜਾ ਬ੍ਰਹਮ ਗਿਆਨ ਨੂੰ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ ਨਾ, ਉਹ ਵੀ ਨਿਰਗੁਣ ਹੈ, ਉਹਦਾ ਵੀ ਕੋਈ ਆਕਾਰ ਨਹੀਂ ਹੈ। ਸਗੁਣ ਸਰੂਪ ਆਪ ਭਗਵਾਨ, ਔਰ ਇਸ ਕਰਕੇ ਨਿਰਗੁਣ ਜਿਹੜਾ ਨਾਮ ਹੈ ਉਹਦਾ ਪ੍ਰਭਾਵ ਹੀ ਅੱਠੇ ਪੈਰ ਚੱਲ ਰਿਹਾ, ਜਿਸ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਦੋ ਹੀ ਸਰੂਪ ਹੈ ਪਰਮਾਤਮਾ ਦੇ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਨਿਰਗੁਣ ਸਾਧ ਸੰਗਤ ਜੀ ਜਿਹਦੇ ਮਾਇਕੀ ਆਕਾਰ ਨਹੀਂ, ਪਰ ਉਹਦੀ ਹੋਂਦ ਹਸਤੀ ਤੋਂ ਮੁਨਕਰ ਨਹੀਂ ਕਦੇ ਹੋਇਆ ਜਾ ਸਕਦਾ। ਉਹਦੀ ਹੋਂਦ ਤੋਂ ਬਿਨਾਂ ਤਾਂ ਤੁਸੀਂ ਵੀ ਕੱਖ ਨਹੀਂ। ਜੇ ਉਹਦੀ ਚੇਤਨ ਸੱਤਾ ਤੁਹਾਡੇ ਵਿੱਚ ਬੈਠੀ ਹੈ ਤਾਂ ਇਹ ਸਰੀਰ ਹਰਕਤ ਕਰ ਰਿਹਾ। ਜਿੰਨਾ ਚਿਰ ਉਹਦੀ ਚੇਤਨ ਸੱਤਾ ਤੁਹਾਡੇ ਵਿੱਚ ਹੈ, ਮੌਜੂਦ ਹੈ, ਜਰੇ ਜਰੇ ਵਿੱਚ ਉਹਦੀ ਚੇਤਨ ਸੱਤਾ ਬਰਾਜ ਰਹੀ ਹੈ, ਪਰ ਉਹ ਮਾਇਕੀ ਆਕਾਰਾਂ ਤੋਂ ਰਹਿਤ ਹੈ, ਸਾਡੇ ਵਰਗਾ ਆਕਾਰ ਨਹੀਂ ਸਰੀਰ ਦਾ ਉਹਦਾ, ਉਹਨੂੰ ਨਿਰਾਕਾਰ ਕਿਹਾ ਜਾਂਦਾ ਹੈ। ਔਰ ਸਰਗੁਣ ਹੁੰਦਾ ਸਰੀਰਧਾਰੀ। ਦਸ ਸਰੂਪ
ਸਰਗੁਣ ਸਰੂਪ ਸਰੀਰ ਧਾਰ ਕੇ ਸੰਸਾਰ ਤੇ ਵਾਹਿਗੁਰੂ ਦਾ ਸਰੂਪ ਆਏ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਜੀ ਤੱਕ। ਤੇ ਜਿਹੜਾ ਨਾਮ ਹੈ ਇਹ ਵੀ ਨਿਰਗੁਣ ਹੈ, ਇਹਦਾ ਵੀ ਕੋਈ ਆਕਾਰ ਨਹੀਂ। ਨਿਰਗੁਣ ਨਾਮ ਜਿਹੜਾ ਪਰਮੇਸ਼ਰ ਦਾ ਉਹੀ ਬ੍ਰਹਮ ਗਿਆਨ ਦਿਵਾਉਣ ਵਾਲਾ ਨਾਮ ਜਿੰਨਾ ਵੀ ਹੈ ਇਹ ਸਾਰਾ ਨਿਰਗੁਣ ਦਾ ਵਾਚਕ ਹੈ। ਔਰ ਸਰਗੁਣ ਸਰੂਪ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਬਾਣੀ ਜਿੰਨੀ ਵੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਸਜੇਵ ਡਬਰਨਾ ਕੋਏ। ਜੇ ਆਕਾਰ ਵੀ ਮੰਨਣਾ ਤਾਂ ਆਕਾਰ ਵਿੱਚ ਸਰਗੁਣ ਸਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹੈ। ਜਿਹੜੀ ਅਸੀਂ ਸੇਵਾ ਕਰਦੇ ਹਾਂ ਇਹ ਸਾਰੀ ਸਰਗੁਣ ਸਰੂਪ ਦੀ ਸੇਵਾ ਹੈ। ਚੰਦੋਆ ਸਾਹਿਬ ਲੱਗੇ ਰਵਾਲੇ, ਚੌਰ ਢੁੱਲ ਰਿਹਾ ਹੈ, ਦੇਗ ਨੂੰ ਭੋਗ ਲੱਗਣਾ ਹੈ, ਅਰਦਾਸਾਂ ਹੋਣੀਆਂ ਹਨ, ਇਹ ਸਾਰੀ ਸਰਗੁਣ ਦੀ ਪੂਜਾ ਅਤੇ ਸੇਵਾ ਹੈ। ਇਸ ਕਰਕੇ ਭਾਈ ਪਰਮੇਸ਼ਰ ਦਾ ਸਰਗੁਣ ਸਰੂਪ ਹਰਿਮੰਦਰ ਸਾਹਿਬ ਦੇ ਵਿੱਚ ਨਿਵਾਸ ਰੱਖਦਾ ਉਹ ਕੌਣ ਹਨ? ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਉਹ ਆਦਿ ਬੀੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ। ਮਹਾਰਾਜ ਕਹਿ ਰਹੇ ਵੀ ਦੋਨੋਂ ਹੀ ਇੱਥੇ ਮੌਜੂਦ ਹੈ। ਨਿਰਾਕਾਰ ਸਰੂਪ ਪਰਮੇਸ਼ਰ ਦਾ ਨਾਮ ਅੱਠੇ ਪੈਰ ਭਜਨ ਹੋ ਰਿਹਾ, ਬਾਣੀ ਪੜ੍ਹੀ ਜਾ ਰਹੀ ਹੈ, ਨਾਮ ਜਪਿਆ ਜਾ ਰਿਹਾ ਅੱਠੇ ਪੈਰ। ਔਰ ਸਾਕਾਰ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਇਉਂ ਦੋਨੋਂ ਹੀ ਸਰੂਪ ਭਗਵਾਨ ਪਰਮੇਸ਼ਰ ਦੇ ਇੱਥੇ ਮੌਜੂਦ ਹੈ। ਦੋਨੋਂ ਵਾਸ ਕਰੇ ਜਬ ਇਸਮੈਂ, ਤਾਂ ਕਹਿੰਦੇ ਜਦੋਂ ਦੋਨਾਂ ਦਾ ਹੀ ਨਿਵਾਸ ਹੈ, ਨਿਰਗੁਣ ਦਾ ਤੇ ਸਰਗੁਣ ਦਾ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਬਚਤ ਦਰਸਤ ਅਗ ਰਹਿ ਕਿਸਮੈਂ। ਆਖੋ ਭਾਈ ਵਾਹਿਗੁਰੂ, ਕਹਿੰਦੇ ਫੇਰ ਇੱਥੇ ਇਸ਼ਨਾਨ ਕਰਨ ਤੋਂ ਬਾਅਦ, ਦਰਸ਼ਨ ਕਰਨ ਤੋਂ ਬਾਅਦ ਪਾਪ ਨਹੀਂ ਕਦੇ ਵੀ ਉਸ ਜੀਵ ਦਾ ਜੀਵਨ ਵਿੱਚ ਰਹੇਗਾ, ਉਹਦੇ ਸਾਰੇ ਪਾਪ ਨਾਸ ਹੋ ਜਾਣਗੇ। ਐਡਾ ਵੱਡਾ ਫਲ ਦੱਸ ਰਹੇ ਆ ਸੱਚੇ ਪਾਤਸ਼ਾਹ। ਦਿਨ ਪ੍ਰਤ ਬਸੈ ਬਧੈ ਅਧਕਾਏ। ਉਦੋਂ ਅੰਮ੍ਰਿਤਸਰ ਸਾਹਿਬ ਇੰਨਾ ਨਹੀਂ ਵਧਿਆ ਹੋਇਆ ਸੀ। ਮਹਾਰਾਜ ਕਹਿੰਦੇ ਦਿਨ ਪ੍ਰਤ ਦਿਨ ਇੱਥੋਂ ਦੀ ਵਸੋਂ ਵਧਦੀ ਵਧਦੀ ਜਾਏਗੀ, ਫੈਲੀ ਜਾਏਗੀ ਮਾਤ ਲੋਕ ਵਿੱਚ। ਲਕਸ਼ਮੀ ਸ਼ਰਨ ਬਸੈ ਇਸ ਆਏ। ਲਕਸ਼ਮੀ ਇੱਥੇ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਸ਼ਰਨ ਵਿੱਚ ਆ ਕੇ ਵਸੇਗੀ, ਉਹਦਾ ਵੀ ਇੱਥੇ ਨਿਵਾਸ ਹੋਏਗਾ। ਚਾਰੇ ਦਰਵਾਜ਼ਿਆਂ ਤੋਂ ਆ ਰਹੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ। ਔਰ ਕਿੱਥੋਂ ਤੱਕ ਮਹਿਮਾ ਵੱਧ ਗਈ ਅੱਜ? ਦੁਨੀਆਂ ਦਾ ਕੋਈ ਕੋਨਾ ਹੈ ਜਿੱਥੋਂ ਸੰਸਾਰ ਦੇ ਜੀਵ ਅੰਮ੍ਰਿਤਸਰ ਸਾਹਿਬ ਆ ਕੇ ਦਰਸ਼ਨ ਨਹੀਂ ਕਰ ਰਹੇ? ਵੱਡੇ ਵੱਡੇ ਦੇਸ਼ਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗਰੀਬ ਅਮੀਰ, ਸਭ ਸੰਸਾਰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ ਤੁਰਿਆ ਹੋਇਆ ਹੈ। ਮੰਦੇ ਭਾਗਾਂ ਵਾਲੇ ਸਾਡੇ ਚੋਂ ਕੁਝ ਲੋਕ ਹੈ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਜਿਨ੍ਹਾਂ ਤੋਂ ਜਰੀ ਨਹੀਂ ਜਾਂਦੀ, ਉਹ ਮਾੜੇ ਕਰਮਾਂ ਵਾਲੇ ਆ, ਪਾਪੀ ਲੋਕ। ਪਰ ਸਾਧ ਸੰਗਤ ਜੀ, ਅੰਮ੍ਰਿਤਸਰ ਸਾਹਿਬ ਦੀ ਮਹਿਮਾ ਦੇਖੋ। ਹੁਣ ਤੁਸੀਂ ਦਰਸ਼ਨ ਕਰਨ ਜਾਓ, ਕਤਾਰਾਂ ਦੀਆਂ ਕਤਾਰਾਂ ਸੰਗਤਾਂ ਦੀਆਂ ਲੱਗੀਆਂ ਹੋਈਆਂ। ਜੇ ਦੇਖੀਏ ਤਾਂ ਅੱਧ ਤੋਂ ਵੱਧ ਉਹ ਲੋਕ ਹੁੰਦੇ ਹੈ ਜਿਹੜੇ ਸਿੱਖੀ ਦੇ ਨੇੜੇ ਵੀ ਨਹੀਂ ਵਿਚਾਰੇ, ਜਿਨ੍ਹਾਂ ਨੂੰ ਸਿੱਖੀ ਦਾ ਨਾਮ ਵੀ ਨਹੀਂ ਕਦੇ ਕਈਆਂ ਨੇ ਸੁਣਿਆ, ਪਰ ਉਹ ਅੰਮ੍ਰਿਤਸਰ ਸਾਹਿਬ ਆਉਂਦੇ ਹੈ, ਦਰਸ਼ਨ ਕਰਦੇ ਹੈ। ਮੈਂ ਵੇਖਿਆ ਲੰਮੇ ਪੈ ਪੈ ਕੇ ਨਮਸਕਾਰਾਂ ਕਰਦੇ ਹੈ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ, ਡੰਡੌਤਾਂ ਕਰਦੇ ਹੈ। ਮੁਸਲਮਾਨ ਵੀਰ ਉੱਥੇ ਡੰਡੌਤ ਕਰਦੇ ਹੈ।
ਹਿੰਦੂ ਵੀਰ ਆ ਕੇ ਦਰਸ਼ਨ ਕਰਦੇ ਹੈ, ਸਾਈ ਕਰਦੇ ਹੈ। ਸੋ ਇਹ ਮੇਰੇ ਸਤਿਗੁਰੂ ਜੀ ਦੀ ਮਹਿਮਾ ਅਧਿਕ ਤੋਂ ਅਧਿਕ ਫੈਲ ਰਹੀ ਹੈ। ਲਕਸ਼ਮੀ ਸ਼ਰਨ ਬਸੇ ਆਏ, ਇਸ ਸਤਿਗੁਰੂ ਦੇ ਦਰ ਦੀ ਲਕਸ਼ਮੀ ਆ ਕੇ ਸ਼ਰਨ ਵਿੱਚ ਵਸੇਗੀ। ਇੰਨਾ ਪ੍ਰਤਾਪ ਲਕਸ਼ਮੀ ਦਾ ਵੀ ਇੱਥੇ ਸਦਾ ਹੀ ਵਰਤਦਾ ਰਹੇਗਾ। ਜੈ ਸ੍ਰੀ ਕਰਤਾ ਪੁਰਖ ਅਕਾਲ, ਜਿੱਥੇ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਆਪ ਹੈ। ਵਿਦ ਸ਼ਿਵ ਬਸੈ ਪ੍ਰਭੂ ਕੇ ਨਾਲ, ਕਹਿੰਦੇ ਇੱਥੇ ਸ਼ਿਵ ਜੀ ਵੀ, ਇੱਥੇ ਵਿਦ ਬ੍ਰਹਮਾ ਵੀ, ਇੱਥੇ ਵਿਸ਼ਨੂੰ ਜੀ ਵੀ। ਪ੍ਰਭੂ ਭਾਵ ਤੋਂ ਵਿਸ਼ਨੂੰ ਜੀ ਦਾ ਲਿਆ ਜਾਂਦਾ, ਕਿਉਂਕਿ ਵਿਸ਼ਨੂੰ ਇੱਕ ਮਹਾ ਵਿਸ਼ਨੂੰ ਜਿਹਦੇ ਅਧੀਨ ਤਿੰਨੇ ਦੇਵਤੇ ਮੰਨੇ ਜਾਂਦੇ ਹਨ। ਇਸ ਕਰਕੇ ਕਹਿੰਦੇ ਜਿੱਥੇ ਅਕਾਲ ਪੁਰਖ ਦਾ ਨਿਵਾਸ ਹੈ ਉੱਥੇ ਬ੍ਰਹਮਾ ਵੀ, ਸ਼ਿਵਜੀ ਵੀ, ਵਿਸ਼ਨੂੰ ਵੀ ਪ੍ਰਭੂ ਪਰਮੇਸ਼ਰ ਦੇ ਚਰਨਾਂ ਵਿੱਚ, ਉਹਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਉਹਨਾਂ ਦਾ ਵੀ ਇੱਥੇ ਹਰਿਮੰਦਰ ਸਾਹਿਬ ਦੇ ਚਰਨਾਂ ਵਿੱਚ ਉਹ ਵੀ ਹਾਜ਼ਰੀ ਭਰਦੇ ਹੈ। ਇਹ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਗਿਣਾ ਰਹੇ ਹੈ ਸਤਿਗੁਰੂ ਜੀ। ਸੁਰ ਐਸੋ ਕੋਈ ਨਾ ਹੈ, ਕੋਈ ਐਸਾ ਦੇਵੀ ਦੇਵਤਾ ਨਹੀਂ ਹੈ ਮਾਤ ਲੋਕ ਤੋਂ ਲੈ ਕੇ ਸਵਰਗ ਤੱਕ। ਜਿਹੜਾ ਸੂਖਮ ਰੂਪ ਵਿੱਚ ਇੱਥੇ ਆ ਕੇ ਨਹੀਂ ਵਸਦਾ, ਆ ਕੇ ਇੱਥੇ ਦਰਸ਼ਨ ਨਹੀਂ ਕਰਦਾ, ਇਸ਼ਨਾਨ ਨਹੀਂ ਕਰਦਾ, ਇਹ ਪਰਮੇਸ਼ਰ ਦੀਆਂ ਸਾਧ ਸੰਗਤ ਦੀ ਸੂਖਮ ਰੂਹਾਂ ਹਨ। ਪਰਮੇਸ਼ਰ ਦੀ ਸੂਖਮ ਸ੍ਰਿਸ਼ਟੀ ਪਰੇ ਤੋਂ ਪਰੇ ਹੈ, ਬੇਅੰਤ ਤੋਂ ਬੇਅੰਤ ਹੈ। ਸੋਦਰ ਦੀ ਪੌੜੀ ਪੜੋ ਜਪਜੀ ਸਾਹਿਬ ਵਿੱਚ ਸਾਰਾ ਨਿਰਣਾ ਕਰ ਦਿੱਤਾ। ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵੈ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ। ਇਹ ਸਾਰਾ ਹੀ ਜ਼ਿਕਰ ਸਤਿਗੁਰਾਂ ਨੇ ਕਰ ਦਿੱਤਾ ਸੂਖਮ ਸ੍ਰਿਸ਼ਟੀ ਦਾ। ਹਰ ਕੇ ਨਿਕਟ ਅਧਿਕ ਫਲ ਸਾਰੇ, ਪਰਮੇਸ਼ਰ ਦੇ ਚਰਨਾਂ ਵਿੱਚ ਸਾਰੇ ਪ੍ਰਤਾਪਵਾਨ ਬਣ ਜਾਂਦੇ। ਰਾਜੇ ਕੋਲੇ ਵਜ਼ੀਰ ਬਹਿੰਦੇ ਹੈ ਨਾ, ਉਹਨਾਂ ਦੀ ਸ਼ਕਤੀ, ਉਹਨਾਂ ਦੀ ਪਦਵੀ ਦੁੱਗਣੀ ਬਣ ਜਾਂਦੀ ਹੈ। ਇਉਂ ਮਹਾਰਾਜ ਦੇ ਚਰਨਾਂ 'ਚ ਹਰਿਮੰਦਰ ਸਾਹਿਬ ਸਾਰੇ ਹੀ ਵੱਸਦੇ ਹੈ ਅਤੇ ਸਾਰਿਆਂ ਨੂੰ ਅਧਿਕ ਤੋਂ ਅਧਿਕ ਫਲ ਇਸ ਦਰ ਤੋਂ ਪ੍ਰਾਪਤ ਹੋ ਰਿਹਾ ਹੈ। ਇੰਨੀ ਮਹਿਮਾ ਹੈ ਮੇਰੇ ਸਤਿਗੁਰੂ ਜੀ ਦੇ ਦਰ ਦੀ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਦੀ, ਹਰਿਮੰਦਰ ਸਾਹਿਬ ਜੀ ਦੀ। ਅਪਰ ਨਾ ਕੋ ਸਮਤਾ ਇਸ ਧਾਰੇ, ਮਹਾਰਾ ਕਹਿੰਦੇ ਹਰਿਮੰਦਰ ਸਾਹਿਬ ਜੀ ਦੀ, ਅੰਮ੍ਰਿਤਸਰ ਸਾਹਿਬ ਦੀ ਹੋਰ ਕੋਈ ਬਰਾਬਰੀ ਨਹੀਂ ਕਰ ਸਕਦਾ। ਹਰਿਮੰਦਰ ਮੈਂ ਨਿਤ ਸਤਨਾਮ, ਹਰਿਮੰਦਰ ਸਾਹਿਬ ਦੇ ਵਿੱਚ ਨਿਤਾ ਪ੍ਰਤੀ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ। ਸਿਮਰੈ ਸੁਣੈ ਸੋ ਮਨ ਬਿਸਰਾਮ, ਇਹਦਾ ਸਿਮਰਨ ਹੋ ਰਿਹਾ, ਜਿਹੜੇ ਸਿਮਰਨਗੇ, ਜਿਹੜੇ ਸੁਣਨਗੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੇਗੀ। ਮਹਾਰਾਜ ਕਹਿੰਦੇ ਮਨ ਟਿਕ ਜਾਏਗਾ। ਗਰਦ ਪ੍ਰੇਮ ਕੋ ਸ਼ੇਮ ਲਹਾਂਗੇ, ਜਿਹੜਾ ਹਰਿਮੰਦਰ ਸਾਹਿਬ ਨਾਲ ਪ੍ਰੇਮ ਕਰੇਗਾ ਨਾ, ਅੰਮ੍ਰਿਤ ਸਰੋਵਰ ਨਾਲ ਪ੍ਰੇਮ ਕਰੇਗਾ, ਮਹਾਰਾਜ ਕਹਿੰਦੇ ਸ਼ੇਮ ਉਹਦੀ ਮੁਕਤੀ ਹੋ ਜਾਏਗੀ, ਕਲਿਆਣ ਪ੍ਰਾਪਤ ਹੋਏਗੀ, ਇੰਨਾ ਫਲ ਹੈ। ਬ੍ਰਹਮ ਗਿਆਨ ਤੇ ਕਸ਼ਟ ਦਹਾਂਗੇ, ਸਾਧ ਸੰਗਤ ਜੀ ਜਿਹੜੇ ਅੰਮ੍ਰਿਤਸਰ ਸਾਹਿਬ ਨਾਲੋਂ ਦਰਬਾਰ ਸਾਹਿਬ ਨਾਲੋਂ ਤੋੜਦੇ ਹੈ ਨਾ, ਉਹਨਾਂ 'ਤੇ ਬਹੁਤਾ ਰੋਸ ਵੀ ਨਹੀਂ ਕਰਨਾ ਚਾਹੀਦਾ। ਉਹ ਨਰਕਾਂ ਦੇ ਦੁਆਰ ਨੂੰ ਜਾਣਾ, ਜਾਂਦੇ ਰਹਿਣ ਦੋ, ਉਹਨਾਂ ਨੂੰ ਤੁਰੇ ਰਹਿਣ ਦੋ, ਉੱਧਰ ਨੂੰ ਤੋਰ ਦੋ ਉਹਨਾਂ ਨੂੰ। ਆਪਾਂ ਜਾਣਾ ਮਹਾਰਾਜ ਦੇ ਚਰਨਾਂ 'ਚ, ਆਪਾਂ ਹੋਣਾ ਮੁਕਤ, ਆਪਾਂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ, ਸਤਿਗੁਰੂ ਜੀ ਦੇ ਚਰਨਾਂ ਦੀ ਲਵਲੀਨਤਾ। ਇਸ ਕਰਕੇ ਆਪਾਂ ਇੱਧਰ ਜੁੜੇ ਰਹਿਣਾ, ਜਿਹੜਾ ਕੋਈ ਉੱਧਰ ਨੂੰ ਜਾਂਦਾ ਨਰਕਾਂ ਦੇ ਘਰ ਨੂੰ ਤੁਰੇ ਜਾਵੇ, ਫਿਰ ਆਪਾਂ ਨੂੰ ਰੋਕਣ ਦੀ ਕੀ ਲੋੜ ਹੈ। ਜੇ ਕੋਈ ਖੂਹ ਖਾਤਾ ਪੱਟਿਆ ਵੇਖ ਕੇ ਵੀ ਨਹੀਂ ਹਟਦਾ, ਫਿਰ ਡਿੱਗਦਾ ਡਿੱਗਣ ਦਿਓ,
ਆਪਣਾ ਤਾਂ ਫਰਜ਼ ਹੈ ਕਹਿਣਾ, ਸੁਚੇਤ ਕਰਨਾ, ਨਹੀਂ ਹਟਦੇ, ਜਾਣ ਬੁੱਝ ਕੇ ਗਲਤ ਪ੍ਰਚਾਰ ਕਰਦੇ, ਫਿਰ ਤੁਰੇ ਰਹਿਣ ਉੱਧਰ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤਸਰ ਸਾਹਿਬ ਨਾਲ ਪ੍ਰੇਮ ਕਰੇਗਾ ਉਹ ਸਾਰੇ ਸੁੱਖ, ਛੇਮ ਦਾ ਅਰਥ ਹੁੰਦਾ ਸੁੱਖ, ਲੋਕ ਪ੍ਰਲੋਕ ਦੇ ਸੁੱਖ, ਛੇਮ ਦਾ ਅਰਥ ਕਲਿਆਣ ਵੀ ਹੈ, ਮੁਕਤੀ ਵੀ ਹੈ, ਇਹ ਸਾਰਾ ਕੁਝ ਹੀ ਉਹਨਾਂ ਨੂੰ ਮਿਲੇਗਾ। ਔਰ ਬ੍ਰਹਮ ਗਿਆਨ ਤੇ ਕਸ਼ਟ ਦਹੇਂਗੋ, ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋ ਗਿਆ ਭਜਨ ਕਰਕੇ, ਉਹਨਾਂ ਦੇ ਜੰਮਣ ਮਰਨ ਦੇ ਕਸ਼ਟ ਸਾਰੇ ਸੜ ਜਾਣਗੇ, ਨਾਸ ਹੋ ਜਾਣਗੇ। ਤਿੰਨੋਂ ਤਾਪ ਨਿਵਾਰਨ ਕਰੇ, ਤਿੰਨੇ ਤਾਪ ਉਹਦੇ ਨਿਵਿਰਤ ਹੋ ਜਾਣਗੇ। ਤਿੰਨ ਤਾਪ ਕੀ ਹੈ? ਅਧਿਆਤਮ ਹੈ, ਅਧੀ ਭੂਤਕ, ਅਧੀ ਦੈਵ। ਅਧਿਆਤਮ ਹੁੰਦੇ ਆ ਸਰੀਰ ਦੇ ਰੋਗ, ਸਰੀਰ ਨੂੰ ਬਿਮਾਰੀਆਂ ਲੱਗ ਜਾਣੀਆਂ, ਧਿਆਨ ਦਿਓ, ਸਰੀਰ ਦੇ ਰੋਗ, ਸਰੀਰ ਦੇ ਕਸ਼ਟ, ਮਨ ਦੇ ਵਿਕਾਰ, ਕ੍ਰੋਧ, ਈਰਸ਼ਾ ਆਦਿ, ਇਹ ਅਧਿਆਤਮ ਤਾਪ ਮੰਨੇ ਆ ਸਾਧ ਸੰਗਤ ਜੀ। ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ ਨਾ, ਤੀਨੇ ਤਾਪ ਨਵਾਰ ਨਹਾਰਾ, ਵੀ ਤਿੰਨ ਤਾਪ ਕਿਹੜੇ ਹੈ? ਤਿੰਨ ਤਾਪ ਇਹ ਹੈ ਵੀ ਅਧਿਆਤਮ ਉਹਨਾਂ ਦਾ ਨਾਮ ਹੈ ਅਤੇ ਉਹਨਾਂ ਦੀ ਵਿਆਖਿਆ, ਜਿਹੜੇ ਸਰੀਰ ਨੂੰ ਰੋਗ ਲੱਗਦੇ ਹੈ ਜਾਂ ਮਨ ਨੂੰ ਕ੍ਰੋਧ, ਈਰਖਾ ਆਦਿਕ ਸਾੜਦੇ ਆ, ਇਹ ਅਧਿਆਤਮ ਤਾਪ ਮੰਨੇ ਆ। ਆਦਿ ਭੌਤਿਕ, ਜਿਵੇਂ ਮੱਛਰ, ਸਰਪ, ਸ਼ੇਰ ਆਦਿਕ, ਮੱਛਰ ਲੜਦਾ ਬੁਖਾਰ ਆਦਿਕ ਹੋ ਜਾਂਦੇ ਆ, ਸੱਪ ਵਿਉਹ ਚੜ ਜਾਂਦੀ ਹੈ, ਸ਼ੇਰ ਆਦਿਕ ਪ੍ਰਾਣਾਂ ਨੂੰ ਖਿੱਚ ਲੈਂਦਾ, ਇਹ ਆਦਿ ਭੌਤਿਕ ਤਾਪ ਹਨ। ਆਦਿ ਦੈ, ਪ੍ਰਕਿਰਤਕ ਦੇਵਤੇ ਵੱਲੋਂ ਜਿਹੜੇ ਤਾਪ ਦੁੱਖ ਦਿੱਤੇ ਗਏ, ਜਿਵੇਂ ਮੰਨ ਲਓ ਸੂਰਜ ਧੁੱਪ ਦੇ ਰਿਹਾ, ਧੁੱਪ ਨਾਲ ਸਾੜ ਰਿਹਾ, ਚੰਦਰਮਾ ਪਾਲਾ ਠੰਡ ਦੇ ਕੇ, ਠੰਡ ਦੇ ਨਾਲ, ਬਰਫ਼ ਦੇ ਨਾਲ, ਇਉਂ ਬਈ ਕਈ ਵਾਰੀ ਜ਼ਿਆਦਾ ਸਰੀਰਾਂ ਨੂੰ ਕਸ਼ਟ ਪਹੁੰਚ ਜਾਂਦਾ। ਇਸੇ ਤਰ੍ਹਾਂ ਪੌਣ ਤੋਂ ਜ਼ੋਰਦਾਰ ਹਨੇਰੀਆਂ ਦਾ ਆਉਣਾ, ਆਕਾਸ਼ ਵਿੱਚੋਂ ਗੜੇ ਆਦਿਕ ਪੈਣੇ, ਇਹ ਸਾਧ ਸੰਗਤ ਦੀ ਆਦਿ ਦੈਵਕ, ਇਹ ਤਿੰਨ ਤਰ੍ਹਾਂ ਦੇ ਤਾਪ ਹੈ ਕਹਿੰਦੇ। ਇਹਨਾਂ ਤਿੰਨਾਂ ਨੂੰ ਨਿਵਿਰਤ ਕਰ ਦਿੰਦਾ ਕਿਹੜਾ ਦਰ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਤੀਨੇ ਤਾਪ ਨਵਾਰ ਨਹਾਰਾ, ਦੁੱਖ ਅੰਤਾ ਸੁਖਰਾਸ, ਤਾ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਜਾਂ ਅਰਦਾਸ ਕਰੇ ਸਿੱਖ ਆਪਣੇ ਸਤਿਗੁਰੂ ਦੇ ਚਰਨਾਂ 'ਚ, ਉਹਨਾਂ ਦੇ ਵੀ ਤਿੰਨੇ ਤਾਪ ਲੈ ਜਾਣਗੇ। ਅੰਤਕਰਨ ਮਹਾਮਲ ਹਰੈ, ਅੰਤਕਰਨ ਦੀਆਂ ਜਿਹੜੀਆਂ ਪਾਪਾਂ ਦੀਆਂ ਮੈਲਾਂ, ਹੋਮ, ਅਹੰਕਾਰ, ਉਹ ਵੀ ਨਾਸ ਹੋ ਜਾਏਗਾ। ਇਹ ਮਹਾਤਮ ਦੱਸ ਰਹੇ ਆ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਦਾ। ਬ੍ਰਹਮ ਗਿਆਨ ਕੋ ਲਹਿ ਨਿਸ਼ਕਾਮ, ਜਿਹੜਾ ਨਿਸ਼ਕਾਮਤਾ ਦੇ ਨਾਲ ਉੱਥੇ ਸੇਵਾ ਕਰੇਗਾ, ਨਾਮ ਜਪੇਗਾ ਨਾ ਕਾਮਨਾ ਤੋਂ ਰਹਿਤ, ਉਹਨੂੰ ਮਨ ਕਹਿੰਦੇ ਬ੍ਰਹਮ ਗਿਆਨ ਦੀ ਦਾਤ ਲੈ ਲਵੇਗਾ, ਪ੍ਰਾਪਤ ਕਰ ਲਵੇਗਾ ਅੰਮ੍ਰਿਤਸਰ ਸਾਹਿਬ ਤੋਂ। ਕਾਮਨਾ ਜੋ ਸਹਿਕਾਮ, ਜਿਹੜੇ ਸਾਡੇ ਵਰਗੇ ਸਹਿਕਾਮੀਆਂ ਕਾਮਨਾ ਵਾਲੇ ਹੈ, ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਕਿੰਨਿਆਂ ਦੀਆਂ ਕਾਮਨਾ ਕੋਈ ਪਤਾ? ਲੱਖਾਂ ਹੀ ਹਿੰਦੂ, ਲੱਖਾਂ ਹੀ ਮੁਸਲਮਾਨ, ਲੱਖਾਂ ਹੀ ਸਿੱਖ, ਸਭ ਦੀਆਂ ਕਾਮਨਾਵਾਂ ਰੋਜ਼ ਮੇਰੇ ਸਤਿਗੁਰੂ ਪੂਰੀਆਂ ਕਰ ਰਿਹਾ, ਖੁੱਟ ਭੰਡਾਰਾ ਵਰਤ ਰਿਹਾ ਮਹਾਰਾਜ ਜੀ ਦਾ। ਇਹੋ ਤਾਂ ਨਾ ਖੁੱਟ ਨਾ, ਇਹੋ ਤਾਂ ਨਾ ਖੁੱਟ ਨਾ, ਖੁੱਟੇ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਜਾਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਐਸਾ ਖਜ਼ਾਨਾ ਮੇਰੇ ਸਤਿਗੁਰੂ ਜੀ ਨੇ ਖੁੱਲਾ ਰੱਖਿਆ ਹੋਇਆ ਹੈ। ਅੰਮ੍ਰਿਤਸਰ ਪਰਕਰਮਾ ਮਾਹੇ, ਅੰਮ੍ਰਿਤਸਰ ਸਾਹਿਬ ਸਰੋਵਰ ਦੀਆਂ ਜਿੰਨੀਆਂ ਵੀ ਪਰਕਰਮਾ ਹਨ, ਪਗ ਪਗ ਮੈਂ ਸੌ ਤੀਰਥ ਆਹੇ। ਆਖੋ ਭਾਈ ਵਾਹਿਗੁਰੂ,
ਸੌ ਸੌ ਤੀਰਥ ਇੱਕ ਇੱਕ ਕਦਮ ਉੱਤੇ ਪ੍ਰਕਰਮਾ ਦੇ ਵਿੱਚ ਨਿਵਾਸ ਕਰ ਰਿਹਾ। ਸੌ ਸੌ ਤੀਰਥ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹੈ ਕਿ ਸਿੱਖਾਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਕਰਨ ਲੱਗਿਆ ਨਾ ਇਸ ਗੱਲ ਦਾ ਆਪਣੇ ਹਿਰਦੇ ਵਿੱਚ ਖਿਆਲ ਲਿਆਇਆ ਕਰ, ਧਿਆਨ ਲਿਆਇਆ ਕਰ ਕਿ ਇਸ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਰੱਖਿਆ ਵਾਸਤੇ ਨਾ ਇੱਕ ਇੱਕ ਸਿਲ ਦੇ ਥੱਲੇ ਸੈਂਕੜੇ ਸੈਂਕੜੇ ਸਿੱਖਾਂ ਦੇ ਸੀਸ ਲੱਗੇ ਹੋਏ ਹੈ। ਇੰਨੇ ਅਦਬ ਨਾਲ ਉੱਥੋਂ ਦੀ ਪ੍ਰਕਰਮਾ ਕਰਨਾ। ਔਰ ਮਹਾਰਾਜ ਉਸ ਤੋਂ ਪਹਿਲਾਂ ਕਹਿ ਰਹੇ ਹੈ ਸੌ ਸੌ ਤੀਰਥ ਇੱਕ ਇੱਕ ਕਦਮ ਦੇ ਵਿੱਚ ਬੈਠਾ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਇੱਕ ਇੱਕ ਸਿਲ ਦੇ ਥੱਲੇ ਸੌ ਸੌ ਸਿੱਖ ਸ਼ਹੀਦ ਦਾ ਸੀਸ ਲੱਗਾ ਹੋਇਆ ਹੈ। ਇੰਨੀ ਪਵਿੱਤਰਤਾ ਰੱਖਣ ਵਾਸਤੇ ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ, ਸ਼ਹਾਦਤਾਂ ਹੋਈਆਂ ਗੁਰਸਿੱਖਾਂ ਦੀਆਂ। ਸੋ ਸਾਧ ਸੰਗਤ ਜੀ, ਐਸਾ ਮਹਾਨ ਤੀਰਥ ਹੈ ਗੁਰੂ ਕਾ। ਸੂਖਮ ਰੂਪ ਧਾਰ ਤਟ ਰਹਿ, ਕਹਿੰਦੇ ਸੂਖਮ ਰੂਪ ਧਾਰ ਕੇ ਇਹ ਜਿਹੜੇ ਤੀਰਥ ਹੈ ਨਾ ਉਹ ਵੀ ਇਸ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਆ, ਹਮੇਸ਼ਾ ਹੀ ਹਾਜ਼ਰੀ ਭਰਦੇ ਆ। ਨਿਜ ਨਿਜ ਪਾਵਨਤਾ ਕੋ ਚਾਹੈ, ਹੁਣ ਕਹਿੰਦੇ ਦਿਖਾਓ ਜੀ, ਦਿਖਾਉਣ ਵਾਲੇ ਪਾਸੇ ਜਾਂਦੇ ਨੇ। ਮੰਨ ਲਓ 12 ਸਾਲ ਬਰਤਨ ਸਰੋਵਰ ਧੰਨ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਮਾਂਜੋ ਜਾ ਕੇ ਦਿਸਪੂ ਸਾਰਾ ਕੁਛ, ਦ੍ਰਿਸ਼ਟੀ ਖੋਲ ਦੇਣਗੇ ਆਪੇ ਸਤਿਗੁਰੂ, ਕਰਕੇ ਦੇਖ ਲਓ ਨਾ, ਗੱਲਾਂ ਨਾਲ ਤਾਂ ਨਹੀਂ ਦਿਸਣੇ। ਇੱਕ ਸਥੂਲ ਦ੍ਰਿਸ਼ਟੀ ਹੈ, ਇੱਕ ਸੂਖਮ ਦ੍ਰਿਸ਼ਟੀ ਹੈ। ਜਿਹੜੇ ਇਹ ਨੇਤਰ ਹੈ ਇਹਨਾਂ ਨੇਤਰਾਂ ਨਾਲ ਸੂਖਮ ਚੀਜ਼ਾਂ ਵੀ ਦੁਨੀਆਂ ਦੀਆਂ ਅਸੀਂ ਨਹੀਂ ਦੇਖ ਸਕਦੇ। ਅਣੂ ਪਰਮਾਣੂ ਇਹਨਾਂ ਨਾਲ ਤਾਂ ਨਹੀਂ ਨਾ ਦਿਖਦੇ, ਉਹ ਵੱਖਰੇ ਸ਼ੀਸ਼ੇ ਬਣੇ ਹੋਏ ਆ ਜਿਹਨਾਂ ਨਾਲ ਉਹ ਦਿਖਾਏ ਜਾਂਦੇ ਆ ਲੈਬਾਂ ਵਿੱਚ ਟੈਸਟ ਕਰ ਕਰਕੇ। ਜੇ ਦੁਨੀਆਂ ਦੀ ਬੰਦਿਆਂ ਤੋਂ ਸੂਖਮ ਚੀਜ਼ਾਂ ਨੂੰ ਇਹਨਾਂ ਅੱਖਾਂ ਦੀ ਇਸ ਰੋਸ਼ਨੀ ਦੀ ਸ਼ਕਤੀ ਨਾਲ ਨਹੀਂ ਦੇਖ ਸਕਦਾ, ਉਹਦੇ ਲਈ ਵੀ ਤੈਨੂੰ ਕੋਈ ਸਹਾਰਾ ਲੈਣਾ ਪੈਂਦਾ। ਤੇ ਤੂੰ ਗੱਲ ਕਰ ਰਿਹਾ ਉਹਨਾਂ ਦੀ ਜਿਹਨਾਂ ਦੇ ਹੱਥ ਉੱਤੇ ਔਲੇ ਵਾਂਗੂ ਸਭ ਕੁਝ ਰੱਖਿਆ ਕਰੋੜਾਂ ਬ੍ਰਹਿਮੰਡਾਂ ਦਾ ਸਾਰਾ ਕੁਝ, ਜਿਹਨਾਂ ਨੇ ਵੇਖਿਆ, ਜਿਹਨਾਂ ਦੀ ਕਿਰਪਾ ਨਾਲ ਸਾਰਾ ਪਸਾਰਾ ਚੱਲਦਾ, ਤੂੰ ਕਿੰਤੂ ਨੁਕਤਾ ਚੀਨੀ ਉਹਨਾਂ ਤੇ ਕਰਨਾ। ਦੇਖਣਾ ਤਾਂ ਫਿਰ ਚੱਲ ਉੱਧਰ ਨੂੰ, ਭਾਈ ਮੰਝ ਵਾਂਗੂ ਢੋ ਬਾਲਣ, ਭਾਈ ਮੰਝ ਵਾਂਗੂ ਢੋ ਜਾਲ, ਮੱਥਾ ਰਗੜ, ਨੱਕ ਰਗੜ, ਲਕੀਰਾਂ ਕੱਢ ਗੁਰੂ ਰਾਮਦਾਸ ਜੀ ਦੇ ਦਰ ਤੇ, ਸੁਣ ਕੀਰਤਨ, ਬੈਠ ਕੇ ਪ੍ਰਕਰਮਾ ਚ ਲਾ 10-10 ਘੰਟੇ ਦਾ ਚੌਂਕੜਾ, ਪਤਾ ਲੱਗ ਜੂਗਾ ਨਾ, ਸਭ ਕੁਛ ਦਿਸ ਪੂਗਾ। ਦੇਖਣ ਵਾਲਾ ਸਾਧਨ ਤਾਂ ਕਰਕੇ ਵੇਖ, ਸਾਧਨ ਕਰਦਾ ਨਹੀਂ, 24 ਘੰਟੇ ਸ਼ੰਕਾ ਹੀ ਕਰੀ ਜਾਂਦਾ, ਨੁਕਤਾ ਚਿੰਨੀ ਕਰੀ ਜਾਂਦਾ, ਨਾਸਤਿਕਤਾ ਹੀ ਫੈਲਾਈ ਜਾਂਦਾ, ਹੋਰ ਤੇਰੇ ਜੀਵ ਪੱਲੇ ਕੱਖ ਨੇ। ਇਸ ਕਰਕੇ ਸਾਧ ਸੰਗਤ ਜੀ, ਸੂਖਮ ਨੂੰ ਦੇਖਣ ਵਾਸਤੇ ਸੂਖਮ ਦ੍ਰਿਸ਼ਟੀ ਦੀ ਲੋੜ ਹੈ। ਔਰ ਉਸ ਦਾ ਰਸਤਾ ਸੂਖਮ ਪਰਮੇਸ਼ਰ ਦੇ ਨਾਮ ਦਾ ਅਭਿਆਸ ਔਰ ਸੇਵਾ ਹੈ। ਇਸ ਕਰਕੇ ਮਹਾਰਾਜ ਕਹਿ ਰਹੇ ਐਵੇਂ ਨਹੀਂ ਵੀ ਜਿਹੜੀ ਗੱਲ ਮੇਰੀ ਖੋਜ 'ਚ ਨਹੀਂ ਆਈ ਮੈਂ ਨਹੀਂ ਮੰਨਣੀ, ਤੇਰੀ ਖੋਜ 'ਚ ਨਹੀਂ ਆਈ, ਤੇਰੀ ਉੱਥੋਂ ਤੱਕ ਸਮਰੱਥਾ ਹੀ ਨਹੀਂ, ਬੁੱਧੀ ਨਹੀਂ, ਗਿਆਨ ਹੀ ਨਹੀਂ, ਅਕਲ ਹੀ ਨਹੀਂ। ਇੱਕ ਬੰਦੇ ਨੇ ਗੱਡਾ ਬਣਾਇਆ, ਦੂਜੇ ਨੇ ਜਹਾਜ਼ ਬਣਾ ਤਾ, ਹੁਣ ਗੱਡੇ ਵਾਲੇ ਦੇ ਨਾਲ ਜਹਾਜ਼ ਵਾਲੇ ਦਾ ਮੇਲ ਥੋੜ੍ਹੋ ਆਪਾਂ ਕਰ ਦਿਆਂਗੇ।
ਸੋ ਸਾਧ ਸੰਗਤ ਦੀ ਇਹ ਖਿਆਲ ਰੱਖਣਾ ਚਾਹੀਦਾ, ਐਵੇਂ ਬਿਨਾਂ ਮਤਲਬ ਤੋਂ ਨੁਕਤਾ ਚੀਨੀਆਂ ਤੇ ਲੱਕ ਬੰਨ ਲਓ ਕਿੰਤੂ ਪਰੰਤੂ ਹੀ ਕਰੀ ਜਾਓ। ਐਸੀ ਦ੍ਰਿਸ਼ਟੀ ਐਸੀ ਸੋਚ ਤੋਂ 100 ਵਾਰੀ ਡਰਨਾ ਵੀ ਚਾਹੀਦਾ, ਭੈ ਵੀ ਗੁਰੂ ਦਾ ਰੱਖਣਾ ਚਾਹੀਦਾ। ਪਰਮੇਸ਼ਰ ਦੇ ਹੱਥ ਵਿੱਚ ਕੀ ਨਹੀਂ ਹੈ, ਪਰਮਾਤਮਾ ਦੇ ਉਹ ਕੀ ਨਹੀਂ ਕਰ ਸਕਦਾ। ਤੇ ਗੁਰੂ ਸਾਹਿਬ ਨੂੰ ਅਸੀਂ ਕੀ ਸਮਝਦੇ, ਵੀ ਆਮ ਮਨੁੱਖ ਸਨ। ਗੁਰੂ ਸਾਹਿਬ ਉੱਤੇ ਸਾਡਾ ਭਰੋਸਾ ਅਕਾਲ ਪੁਰਖ ਵਾਹਿਗੁਰੂ ਦੀ ਜੋਤੀ ਕਰਕੇ ਹੋਣਾ ਚਾਹੀਦਾ। ਅਕਾਲ ਪੁਰਖ ਦਾ ਸਰੂਪ ਹੈ ਮਹਾਰਾਜ, ਅਕਾਲ ਪੁਰਖ ਦੇ ਚਰਨਾਂ 'ਚ ਸਾਰਿਆਂ ਦਾ ਵਾਸਾ ਤੇ ਹਰਿਮੰਦਰ ਸਾਹਿਬ ਅਕਾਲ ਪੁਰਖ ਦਾ ਵਾਸ ਹੈ, ਉੱਥੇ ਆ ਨਹੀਂ ਸਕਦੇ ਸਾਰੇ। ਜੇ ਤੀਰਥਾਂ ਦੀ ਮੰਨ ਲਓ ਹੋਂਦ ਨਹੀਂ, ਇੱਕ ਮਿੰਟ ਹਰਿਮੰਦਰ ਸਾਹਿਬ ਦੀ ਹੋਂਦ ਹੀ ਨਹੀਂ, ਤਾਂ ਉੱਥੇ ਫਿਰ ਕੋੜ ਕਿਉਂ ਮਿਟਦੇ ਆ? ਜਿੱਥੇ ਉੱਥੇ ਕੋਈ ਗੁਰੂ ਦੀ ਸ਼ਕਤੀ ਦਾ ਵਾਸਾ ਹੀ ਨਹੀਂ, ਉੱਥੇ ਬਿਮਾਰੀਆਂ ਕਿਵੇਂ ਦੂਰ ਹੋ ਗਈਆਂ? ਉੱਥੇ ਬੀਬੀ ਰਾਜ ਕੌਰ ਦੇ ਪਤੀ ਦਾ ਪਿੰਗਲਾਪਣ ਕਿਵੇਂ ਦੂਰ ਹੋ ਗਿਆ? ਉੱਥੇ ਵੱਡੇ ਵੱਡੇ ਰੋਗੀ ਕਿਵੇਂ ਤੰਦਰੁਸਤ ਹੋ ਗਏ? ਉੱਥੇ ਕੋਈ ਅਦ੍ਰਿਸ਼ ਸ਼ਕਤੀ ਦਾ ਨਿਵਾਸ ਹੈ ਜਿਹੜੀ ਗੁਰੂ ਦੀ ਸ਼ਕਤੀ ਹੈ, ਗੁਰੂ ਦੀ ਕਲਾ, ਗੁਰੂ ਰਾਮਦਾਸ ਜੀ ਦੀ, ਗੁਰੂ ਅਰਜਨ ਦੇਵ ਜੀ ਦੀ ਉੱਥੇ ਕਲਾ ਵਰਤ ਰਹੀ ਹੈ। ਉਹ ਸ਼ਕਤੀ ਦਿਖਾਈ ਨਹੀਂ ਦਿੰਦੀ ਪਰ ਵਰਤ ਰਹੀ ਹੈ, ਅੱਠੇ ਪੈਰ ਹਰਿਮੰਦਰ ਸਾਹਿਬ ਦੇ ਵਿੱਚ ਵਰਤ ਰਹੀ ਹੈ। ਕਿਉਂ ਦੁਨੀਆਂ ਦੇ ਲੋਕ ਉੱਥੇ ਆ ਕੇ ਕਹਿ ਦਿੰਦੇ ਆ ਕਿ ਜਦੋਂ ਅਸੀਂ ਪ੍ਰਕਰਮਾਂ ਵਿੱਚ ਪਹਿਲਾ ਕਦਮ ਰੱਖਦੇ ਹਾਂ ਕਿ ਸਾਨੂੰ ਦੁਨੀਆਂ ਵਿੱਚੋਂ ਇੰਨੀ ਸ਼ਾਂਤੀ ਕਿਤੋਂ ਨਹੀਂ ਲੱਭਦੀ, ਜਦੋਂ ਇੱਥੇ ਆ ਜਾਈਦਾ ਉਦੋਂ ਮਨ ਠੰਡਾ ਠਾਰ ਹੋ ਜਾਂਦਾ। ਇੰਨੀ ਸ਼ਾਂਤੀ ਕਹਿੰਦੇ ਕਿਸੇ ਵੀ ਤੀਰਥ 'ਤੇ ਨਹੀਂ ਜਿੰਨੀ ਹਰਿਮੰਦਰ ਸਾਹਿਬ ਦੇ ਵਿੱਚ ਹੈ। ਇਹ ਅਦ੍ਰਿਸ਼ ਸ਼ਕਤੀ ਹੈ, ਇਹ ਅਦ੍ਰਿਸ਼ ਸ਼ਕਤੀ ਦਾ ਹੀ ਸਾਰਾ ਪਸਾਰਾ ਹੈ। ਇਹ ਸੂਖਮ ਰੂਪ ਧਾਰ ਕੇ ਸਾਰੇ ਤੀਰਥ ਮੇਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਰੱਖਦੇ ਆ। ਨਿਜ ਨਿਜ ਪਾਵਨਤਾ ਕੋ ਚਾਹੇ ਆਪੋ ਆਪਣੀ, ਇਹ ਵੀ ਵਿਚਾਰੇ ਇਹਨਾਂ ਦਾ ਵੀ ਮਕਸਦ ਹੈ, ਮਨੋਰਥ ਹੈ, ਇਹ ਵੀ ਚਾਹੁੰਦੇ ਅਸੀਂ ਪਵਿੱਤਰ ਹੋ ਜਾਈਏ। ਇਹ ਵੀ ਇੱਥੋਂ ਕੁਛ ਲੈ ਕੇ ਜਾਂਦੇ ਹੈ। ਸਤਿਗੁਰੂ ਦਾ ਦਰ ਐਡਾ ਵੱਡਾ, ਅਸੀਂ ਤਾਂ ਬਿਲਕੁਲ ਇੰਨਾ ਕੁ ਬਣਾਉਣ ਦੇ ਯਤਨਾਂ 'ਚ ਲੱਗੇ ਹੋਏ ਹਾਂ ਵੀ ਤੋੜ ਦਿਓ ਜਿੰਨਾ ਵੀ ਟੁੱਟਦਾ, ਛਾਂਗ ਦਿਓ ਜਿੰਨਾ ਛਾਂਗਿਆ ਜਾਂਦਾ। ਪਰ ਗੁਰੂ ਦਾ ਦਰ ਐਡਾ ਵੱਡਾ ਵਿਸ਼ਾਲ ਹੈ, ਇੱਥੇ ਸਾਰਿਆਂ ਨੇ ਆਉਣਾ, ਕਿਸੇ ਨੂੰ ਰੋਕ ਨਹੀਂ ਸਕਦੇ, ਨਾ ਸਾਡੇ ਰੁਕਿਆਂ ਰੁਕਣਾ ਉਹ ਕੁਝ, ਉਹਨਾਂ ਨੇ ਆਉਣਾ ਹੀ ਆਉਣਾ, ਉਹਨਾਂ ਪਵਿੱਤਰ ਰੂਹਾਂ ਨੇ ਆਉਣਾ ਹੀ ਆਉਣਾ। ਔਰ ਉਹਨਾਂ ਨੂੰ ਇੱਥੋਂ ਦੀ ਸ਼ਕਤੀ ਦਾ ਗਿਆਨ ਹੈ, ਉਹ ਆਪੋ ਆਪਣੀ ਪਵਿੱਤਰਤਾ ਇੱਥੋਂ ਲੈ ਕੇ ਜਾਂਦੇ ਹੈ, ਇੱਥੋਂ ਦਾਤਾਂ ਲੈ ਕੇ ਜਾਂਦੇ ਆ ਸਤਿਗੁਰੂ ਦੇ ਦਰ ਤੋਂ। ਇਸ ਕਰਕੇ ਆਪੋ ਆਪਣੀ ਪਾਵਨਤਾ ਪਵਿੱਤਰਤਾ ਲਈ ਸਾਰੇ ਮੇਰੇ ਸਤਿਗੁਰੂ ਦੇ ਦਰ ਦੀ ਚੌਂਕੀ ਭਰਦੇ ਹੈ। ਇਸ ਕਰਕੇ ਭਾਈ ਐਸਾ ਮਹਾਨ ਤੀਰਥ ਹੈ ਗੁਰ ਤੀਰਥ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤ ਸਰੋਵਰ ਜੀ। ਸੋ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਐਸੀ ਮਹਾਨ ਕਿਰਪਾ ਸਾਡੇ ਉੱਤੇ ਕੀਤੀ ਹੈ ਕਿ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਦਾ ਸਾਨੂੰ ਗਿਆਨ ਕਰਵਾਇਆ। ਸੰਗਤ ਜੀ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦੇ ਰਿਹਾ, ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਸ ਅਸਥਾਨ ਦੇ ਮੁੱਖ ਹੈਡ ਗ੍ਰੰਥੀ ਸਾਹਿਬ ਜੀ ਦਾ, ਸਾਰੇ ਹੀ ਅਸਥਾਨ ਦੇ ਸੇਵਾਦਾਰ ਸਹਿਬਾਨ ਮੈਨੇਜਰ ਸਾਹਿਬ ਜੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਸਭ ਦਾ ਮੈਂ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ ਕਰਦਾ।
ਜਿਨ੍ਹਾਂ ਦੇ ਸਹਿਯੋਗ ਨਾਲ ਇੱਕ ਦਿਨ ਦਾ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸਮਾਗਮ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਇਹ ਸ਼ਹੀਦੀ ਸਮਾਗਮ ਦੇ ਵਿੱਚ ਹਾਜ਼ਰੀ ਭਰ ਸਕੇ ਹਾਂ। ਆਓ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮਾਂ ਦਾ ਸਮਾਂ 4 ਵਜੇ ਤੋਂ 6:30 ਵਜੇ ਤੱਕ ਸ਼ਾਮ ਦਾ ਰੋਜ਼ਾਨਾ 1 ਜੂਨ ਤੋਂ 5 ਜੂਨ ਤੱਕ ਹੈ। 6 ਜੂਨ ਨੂੰ 9 ਵਜੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਜੋ ਸ਼ਹੀਦਾਂ ਦੀ ਯਾਦ ਵਿੱਚ ਚੱਲ ਰਹੀ ਹੈ ਉਹਨਾਂ ਦੇ ਭੋਗ ਪੈਣਗੇ। 10 ਵਜੇ ਦੀਵਾਨ ਸ਼ੁਰੂ ਹੋ ਜਾਣੇ ਹੈ। ਸ਼ਾਮ ਦੇ 4 ਵਜੇ ਤੱਕ ਤੁਸੀਂ ਸਾਰਿਆਂ ਨੇ ਆਪਣੀ ਹਾਜ਼ਰੀ ਉੱਥੇ ਯਕੀਨੀ ਬਣਾਉਣੀ ਹੈ। ਸਾਰੀ ਸੰਗਤ ਨੇ ਹੁੰਮ ਹਮਾ ਕੇ ਪਹੁੰਚਣਾ। ਜਿਹੜੀਆਂ ਸੰਗਤਾਂ ਕੋਲ ਸਾਧਨ ਨਾ ਹੋਣ ਉਹ ਮੈਨੇਜਰ ਸਾਹਿਬ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ, ਜਥੇਦਾਰ ਮੰਗਲ ਸਿੰਘ ਜੀ ਬਟਾਲਾ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਗੁਰਦਾਸਪੁਰ ਜ਼ਿਲ੍ਹੇ ਵਿੱਚ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ, ਜਥੇਦਾਰ ਭਾਈ ਭੁਪਿੰਦਰ ਸਿੰਘ ਜੀ ਕਾਲਮਾ, ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਜੋ ਜਥੇਦਾਰ ਬਾਬਾ ਲੱਖਾ ਸਿੰਘ ਜੀ ਦੇ ਸਪੁੱਤਰ ਹਨ, ਇਸੇ ਤਰ੍ਹਾਂ ਜਥੇਦਾਰ ਬਾਬਾ ਕਿਰਪਾ ਸਿੰਘ ਜੀ, ਇਹਨਾਂ ਸਿੰਘਾਂ ਦੀਆਂ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ। ਸੋ ਜਿਨ੍ਹਾਂ ਸੰਗਤਾਂ ਨੇ ਸ਼ਹੀਦੀ ਸਮਾਗਮਾਂ ਵਿੱਚ ਜਾਣ ਲਈ ਤੁਹਾਨੂੰ ਸਾਧਨਾਂ ਦੀ ਲੋੜ ਹੋਵੇ ਤਾਂ ਥਾਂ ਥਾਈਂ ਇਹਨਾਂ ਸਿੰਘਾਂ ਨਾਲ ਤੁਸੀਂ ਤਾਲਮੇਲ ਆਪਣਾ ਬਣਾ ਸਕਦੇ ਹੋ। ਇਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ। ਹੁਣ ਥੋੜ੍ਹੇ ਸਮੇਂ ਵਿੱਚ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੋਏਗੀ, ਉਪਰੰਤ ਸ਼੍ਰੀ ਮੁਖਵਾਕ ਫਿਰ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਸਮਾਗਮਾਂ ਦੀਆਂ ਕੁਝ ਬੇਨਤੀਆਂ ਕਰਨਗੇ, ਨਾਲ ਨਾਲ ਦੇਗ ਵਰਤੇਗੀ, ਸਤਿਗੁਰੂ ਜੀ ਦਾ ਸੁਖਾਸਨ ਹੋਏਗਾ। ਜਦੋਂ ਸੱਚੇ ਪਾਤਸ਼ਾਹ ਆਪਣੇ ਪਾਵਨ ਆਸਣ ਉੱਤੇ ਸੁਭਾਏਮਾਨ ਹੋ ਗਏ ਉਸ ਤੋਂ ਉਪਰੰਤ ਨਮਸਕਾਰ ਕਰਕੇ ਲੰਗਰ ਛਕ ਕੇ ਫਿਰ ਸਾਰਿਆਂ ਨੇ ਜਾਣਾ। ਦੂਸਰੀ ਬੇਨਤੀ ਹੈ, ਸਾਧ ਸੰਗਤ ਜੀ 27, 28, 29 ਜੂਨ ਨੂੰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 50 ਸਾਲਾ ਸੱਚਖੰਡ ਗਮਨ ਦਿਹਾੜਾ ਮਨਾਇਆ ਜਾ ਰਿਹਾ। ਔਰ ਇਸੇ ਤਰ੍ਹਾਂ ਅਕਤੂਬਰ ਦੇ 21, 22, 23, 24 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ 50 ਸਾਲਾ ਸਥਾਪਨਾ ਦਿਹਾੜਾ ਮਨਾਉਣਾ। ਇਹ ਸਮਾਗਮ ਨੇੜੇ ਨੇੜੇ ਸਾਰੇ ਆ ਰਹੇ ਹੈ। ਪੰਥ ਦਾ ਜਿਹੜਾ ਸਭ ਤੋਂ ਵੱਡਾ ਮੁੱਖ ਸਮਾਗਮ ਹੈ ਉਹ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 550 ਸਾਲਾ ਸ਼ਤਾਬਦੀ, ਜੋ ਆਪਾਂ 9, 10, 11, 12 ਨਵੰਬਰ ਨੂੰ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮੁੱਚਾ ਸਿੱਖ ਪੰਥ ਉੱਤੇ ਸ਼ਤਾਬਦੀ ਮਨਾ ਰਿਹਾ, ਉਹਦੇ ਵਿੱਚ ਵੀ ਆਪਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ, ਸੇਵਾਵਾਂ ਕਰਨੀਆਂ। ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ ਸੰਗਤ ਜੀ, ਜਿਨ੍ਹਾਂ ਨੇ ਅਜੇ ਤੱਕ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਕੇਸ ਕਟਾਏ ਉਹ ਸਾਫ਼ ਸੂਰਤ ਕੇਸ ਰੱਖੋ, ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਮੈਂ ਫਿਰ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ, ਜਥੇਦਾਰ ਮੰਗਲ ਸਿੰਘ ਜੀ ਬਟਾਲਾ, ਮੈਨੇਜਰ ਸਾਹਿਬ ਜੀ ਦਾ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਜੀ ਦਾ, ਸਾਰੇ ਹੀ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਸੂਖਮ ਰੂਪ ਧਾਰ ਤਟ ਰਹੇ, ਨਿਜ ਨਿਜ ਪਾਵਨ ਕਾ ਕੋ ਚਹੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ।